ਜਿਹੜੀ ਗੱਲ ਅਸੀਂ ਕਰਦੇ ਸੀ ਨਾ, ਚਾਹੇ ਭਿੰਡਰਾਂਵਾਲੇ ਦੀ ਗੱਲ ਆ ਚਾਹੇ ਸਤਨਾਮ ਸਿੰਘ ਗੱਲ ਜਿਹੜੀ ਨਿਰੰਕਾਰੀਆਂ ਦੀ ਆ, ਇੱਕ ਗੱਲ ਸਰੋਤਿਆਂ ਨੂੰ ਵੀ ਅਸੀਂ ਦੱਸਣੀ ਚਾਹੁੰਦੇ ਹਾਂ ਵੀ ਜਿੱਦਾਂ ਅਨੰਦਪੁਰ ਦੇ ਮਤੇ ਦਾ ਤੁਸੀਂ ਰੌਲਾ ਪਾਇਆ ਆ ਨਾ ਜੀ, ਇੱਦਾਂ ਹੀ ਤੁਸੀਂ ਨਿਰੰਕਾਰੀਆਂ ਦਾ ਵੀ ਰੌਲਾ ਪਾਇਆ ਆ ਬੇਬੁਨਿਆਦ। ਸਾਨੂੰ ਪਤਾ ਆ ਇਸ ਗੱਲ ਦਾ ਵੀ ਜਦੋਂ ਅਸੀਂ ਇਹ ਸਵਾਲ ਪੁੱਛਦੇ ਹਾਂ ਨਾ ਵੀ ਸਿੱਖੋ, ਜਦੋਂ ਇਹ ਅਸੀਂ ਕਹਿੰਦੇ ਹਾਂ ਵੀ ਜੂਨ 84 ਵਿੱਚ ਜੋ ਕੁਛ ਕੀਤਾ ਜੀ ਉਹਦਾ ਬਦਲਾ ਲਿਆ ਅਸੀਂ ਇੰਦਰਾ ਗਾਂਧੀ ਨੂੰ ਮਾਰ ਕੇ, ਠੀਕ ਹੈ ਠੀਕ ਹੈ, ਉਦੋਂ ਇਹ ਕਿਉਂ ਨਹੀਂ ਦੱਸਦੇ ਵੀ ਉਹਨਾਂ ਨੇ ਫਿਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੇ ਸਿੱਖ ਮਾਰੇ ਆ, ਹਾਂਜੀ ਉਹ ਬਦਲਾ ਸੀਗਾ, ਉਹ ਵੀ ਤਾਂ ਇਹੀ ਕਹਿੰਦੇ ਬਦਲਾ ਲੈ ਲਿਆ ਸੀ, ਉਹ ਜਿਹੜੇ ਉਹ ਮਰੇ ਆ ਉਹਦੇ ਲਈ ਕੀ ਕੀਤਾ ਸੀ, ਹਾਂਜੀ ਫਿਰ ਅੱਧੀ ਹੋ ਗਿਆ। ਇੱਕ ਚੀਜ਼ ਨਾ ਸਾਨੂੰ ਗੁਰੂ ਸਾਹਿਬ ਦੇ ਸਿੱਖ ਹੋਣ ਦੇ ਨਾਤੇ ਹਮੇਸ਼ਾ ਜਿਹਨ ਦੇ ਵਿੱਚ ਰੱਖਣੀ ਪੈਣੀ ਆ, ਉਹ ਇਹ ਆ ਵੀ ਜਿਹੜਾ ਵਿਰੋਧੀ ਆ ਉਹਨੂੰ ਧੋਖੇ ਦੇ ਨਾਲ ਕਤਲ ਕਰਨ ਦੀ ਰੀਤ ਕਿਹੜੇ ਗੁਰੂ ਸਾਹਿਬ ਵੇਲੇ ਚੱਲੀ ਸੀ, ਸੋਚ ਕੇ ਦੇਖ ਲਓ। ਈਵਨ ਨਾ ਵਿਰੋਧੀਆਂ ਵੱਲੋਂ ਵੀ ਗੁਰੂ ਘਰ ਦੇ ਕਿਸੇ ਗੁਰੂ ਨੂੰ, ਕਿਸੇ ਸਿੱਖ ਨੂੰ, ਕਿਸੇ ਖਾਸ ਬੰਦੇ ਨੂੰ ਇੱਦਾਂ ਬੰਦਾ ਭੇਜ ਕੇ ਧੋਖੇ ਨਾਲ ਕਤਲ ਕਰਨ ਦੀ ਗੱਲ ਹੋਈ ਹੋਵੇ, ਉਹ ਇਹਨਾਂ ਦੇ ਲਿਖੇ ਹੋਏ ਇਤਿਹਾਸ ਵਿੱਚੋਂ ਮੈਨੂੰ ਨਹੀਂ ਲੱਗਦਾ ਕਿਤੇ ਉਦਾਹਰਣ ਮਿਲਦੀ ਹੋਵੇ। ਠੀਕ ਹੈ, ਦਸਾਂ ਪਾਤਸ਼ਾਹੀਆਂ ਦੇ ਵੇਲੇ ਚ, ਦਸਵੇਂ ਪਾਤਸ਼ਾਹ ਨੂੰ ਛੱਡ, ਦਸਵੇਂ ਪਾਤਸ਼ਾਹ ਨਹੀਂ ਨਹੀਂ ਉਹ ਤਾਂ ਆਪਾਂ ਪਹਿਲਾਂ ਕਰ ਚੁੱਕੇ, ਸੈਂਸੇ ਨਹੀਂ ਬਣਦੀ ਉਹ, ਠੀਕ ਹੈ ਗੁੱਲੀ ਨਹੀਂ ਬਣਦੀ ਉਹ, ਰਾਈਟ ਠੀਕ ਹੈ। ਉੱਥੇ ਜਾ ਕੇ ਜਦੋਂ ਗੁਰੂ ਸਾਹਿਬ ਸਰਹੰਦ ਨੂੰ ਛੱਡ ਗਏ, ਰਾਈਟ ਠੀਕ ਹੈ, ਮਾਛੀਵੜ ਚੋਂ ਨਿਕਲ ਗਏ ਜਿੱਥੇ ਤਲਵੰਡੀ ਦੀ ਗੱਲ ਕਰਦੇ ਹਾਂ ਅਸੀਂ, ਉੱਥੋਂ ਉੱਥੇ ਜੋ ਕਰ ਸਕਦੇ ਸੀ ਸਾਰਾ ਕੁਛ ਉੱਥੋਂ ਛੱਡ ਕੇ ਦੱਖਣ ਚੱਲ ਗਏ, ਫਿਰ ਸੂਬੇ ਨੂੰ ਕਾਹਦਾ ਖਤਰਾ ਸੀ ਇੱਦਾਂ, ਮਤਲਬ ਇੱਦਾਂ ਉਹ ਕਹੀ ਜਾਂਦੇ ਵੀ ਔਰੰਗਜ਼ੇਬ ਨੂੰ ਉਹਨੇ ਉੱਥੋਂ ਉਦੋਂ ਆਖਿਆ ਔਰੰਗਜ਼ੇਬ ਨੂੰ ਮਿਲ ਕੇ ਉਹਨੇ, ਉਹ ਤਾਂ ਬਹਾਦਰ ਸ਼ਾਹ ਦੀ ਮਦਦ ਵੀ ਉਸ ਵੇਲੇ ਤਾਂ ਕਰ ਹਟਿਆ, ਉਹ ਮੁੱਕਰ ਵੀ ਗਿਆ ਉਹ ਕਰਨੇ ਤੋਂ, ਉੱਥੇ ਨੂੰ ਜਾਂਦਿਆਂ ਜਾਂਦਿਆਂ ਤੇ ਇਹ ਤਾਂ ਤਲਵੰਡੀ ਦੀ ਗੱਲ ਆ ਜਦੋਂ ਇਹ ਗੱਲ ਹੋ ਰਹੀ ਆ ਵੀ ਉਹਨੂੰ ਜਫਰਨਾਮਾ ਲਿਖ ਰਹੇ ਆ, ਰਾਈਟ ਠੀਕ ਆ, ਇਤਿਹਾਸ ਜਿੱਦਾਂ ਇਹ ਲਿਖਿਆ ਇਹਨਾਂ ਨੇ, ਇਹ ਕਹਿੰਦੇ ਜਦੋਂ ਗੁਰੂ ਸਾਹਿਬ ਨੇ ਜਫਰਨਾਮਾ ਲਿਖਿਆ ਤੇ ਉਹ ਕਹਿੰਦੇ ਵੀ ਔਰੰਗਜ਼ੇਬ ਜਾਣੀ ਉਹ ਤੋਂ ਬਾਅਦ ਬਿਮਾਰ ਪੈ ਗਿਆ, ਠੀਕ ਹੈ ਠੀਕ ਆ, ਉੱਥੇ ਇਹ ਸੈਂਸ ਬਣਦੀ ਆ ਵੀ ਸੂਬੇ ਨੂੰ ਡਰ ਪੈ ਗਿਆ ਸੀ ਵੀ ਕਿਤੇ ਇਹ ਮਿਲ ਕੇ ਔਰੰਗਜ਼ੇਬ ਨੂੰ ਭੜਕਾ ਨਾ ਦੇਵੇ, ਠੀਕ ਹੈ ਨਾ। ਉਹ ਤੋਂ ਬਾਅਦ ਤਾਂ ਉਹਦੀ ਗੱਦੀ ਦਾ ਰੌਲਾ ਪੈ ਚੁੱਕਾ, ਰਾਈਟ, ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦੇ ਨਿਆਣਿਆਂ ਚੋਂ ਵਧੀਆ ਗਿਣਿਆ ਜਾਂਦਾ ਸੀ ਉਹਦੇ ਵੱਲੋਂ ਪ੍ਰਪੋਜ਼ਲ ਆਈ ਗੁਰੂ ਸਾਹਿਬ ਨੂੰ, ਠੀਕ ਹੈ ਵੀ ਤੁਸੀਂ ਮੇਰੀ ਮਦਦ ਕਰ ਦਿਓ, ਰਾਈਟ, ਇੱਕ ਵਾਰੀ ਮੈਨੂੰ ਗੱਦੀ ਮਿਲ ਗਈ, ਮੈਨੂੰ ਪਤਾ ਜੋ ਕੁਛ ਹੋਇਆ ਤੁਹਾਡੇ ਨਾਲ ਧੱਕਾ ਹੋਇਆ, ਠੀਕ ਹੈ, ਗੁਰੂ ਸਾਹਿਬ ਨੇ ਸਿੱਖਾਂ ਨੂੰ ਕੀਤਾ ਤੇ ਉਹ ਟਾਈਮ ਪੈ ਕੇ ਉਹਨੇ ਜਿਹੜੀ ਗੱਲ ਕੀਤੀ ਸੀ ਉਹ ਲੜਪਤਾ ਨਹੀਂ ਕੁਛ ਵੀ ਫੜਾਇਆ ਤੇ ਇਹ ਆਪਣੇ ਦੱਖਣ ਦੇ ਰਾਹ ਹੋ ਗਿਆ, ਠੀਕ ਹੈ ਠੀਕ ਹੈ। ਫਿਰ ਪਠਾਣਾ ਨੂੰ ਭੇਜਣ ਲਈ ਸੂਬਾ ਸਰਹੰਦ ਨੂੰ ਕਿਹੜਾ ਖਤਰਾ ਸੀ ਇੱਦਾਂ, ਠੀਕ ਹੈ, ਕਿੱਦਾਂ ਕਿਹਨੇ ਉਹ ਡਿਸਾਈਡ ਕੀਤਾ, ਕਿਹਨੇ ਇੰਟੈਰੋਗੇਸ਼ਨ ਕੀਤੀ, ਕਿੱਥੋਂ ਪਤਾ ਲੱਗਾ ਉਹ, ਰਾਈਟ ਹੈ ਨਾ। ਜੇ ਇਹ ਸੱਚ ਆ ਸੰਤੋਖ ਸਿੰਘ ਇਹ ਕਿਉਂ ਕਹੀ ਜਾਂਦਾ ਹੈ ਵੀ ਸੁਣੇ ਘੋੜੇ ਚਲ ਗਏ, ਇਹ ਕਿਉਂ ਕਹੀ ਜਾਂਦਾ ਵੀ ਚਿਖਾ ਉਹਨਾਂ ਨੇ ਆਪ ਤਿਆਰ ਕੀਤੀ ਹੈ, ਰਾਈਟ ਠੀਕ ਹੈ ਠੀਕ ਹੈ। ਹੁਣ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਜਦੋਂ ਜੋੜਦੇ ਹੋ ਤਾਂ ਗੱਲ ਕਲੀਅਰ ਆ ਵੀ ਨਹੀਂ ਉਹ ਨਹੀਂ, ਉਹ ਤੋਂ ਬਿਨਾਂ ਕੋਈ ਹੋਰ ਘਟਨਾ ਦੱਸੋ ਜਿੱਥੇ ਇਹ ਗੱਲ ਮਿਲਦੀ ਆ, ਕਿਤੇ ਨਹੀਂ ਹੋ ਰਿਹਾ, ਠੀਕ ਹੈ। ਫਿਰ ਇਹ ਸਾਡੇ ਚ ਕਦੋਂ ਕਿ ਪਿਰਤ ਪੈ ਗਈ, ਸਾਡੇ ਚ ਕਦੋਂ ਪੈ ਗਈ, ਰਾਈਟ ਹੈ ਨਾ। ਬਾਈ ਧਾਰ ਦੇ ਰਾਜੇ ਆ, ਆਲੇ ਦੁਆਲੇ ਗੁਰੂ ਸਾਹਿਬ ਦੇ ਪੂਰੀ ਤਰ੍ਹਾਂ ਘੇਰਾ ਪਿਆ ਹੋਇਆ ਹੈ, ਹੈ ਨਾ, ਫਿਰ ਵੀ ਕੋਈ ਇਦਾਂ ਦੀ ਘਟਨਾ ਨਹੀਂ ਸਾਹਮਣੇ ਆ ਰਹੀ, ਬਿਲਕੁਲ ਹਾਂ, ਉਹ ਤਾਂ ਨੇੜੇ ਆ ਬਿਲਕੁਲ ਨਾਲੇ, ਹਾਂ ਕਿਰਿਆ ਸਾਰੀ ਆ, ਕੀ ਕੁਛ ਹੋ, ਗੰਗੂ ਨੂੰ ਅਸੀਂ ਕਹਿੰਦੇ ਆ ਵੀ ਇੰਨੇ ਸਾਲ ਉਹ ਰਸੋਈਆ ਰਿਹਾ, ਰਾਈਟ ਹੈ ਨਾ, ਉਹ ਬੱਚਿਆਂ ਨੂੰ ਫੜਾ ਰਿਹਾ ਆ, ਹੈਨਾ, ਰਾਈਟ ਅਸੀਂ ਕਹਿ ਰਹੇ ਹਾਂ ਬੱਚਿਆਂ ਨੂੰ ਫੜਾ ਰਿਹਾ ਹੋ, ਠੀਕ ਹੈ ਹੈਨਾ, ਐਡਾ ਕਲੰਕ ਖੱਟ ਰਿਹਾ ਆ, 25 ਸਾਲ ਰਸੋਈਆ ਰਹਿ ਗਿਆ, ਖਾਣੇ ਚ ਕੁਛ ਨੀ ਬਣਾ ਰਿਹਾ ਹੋ, ਰਾਈਟ ਹਾਂ, ਜਿਹੜਾ ਰਸੋਈਆ ਆ 25 ਸਾਲ ਦਾ ਉਹ ਤਾਂ ਸਾਰਾ ਟੱਬਰ ਸਲਾਮਦਾ ਰਾਤ ਨੂੰ, ਬਿਲਕੁਲ 1 ਸਾਲ 2 ਸਾਲ 5 ਸਾਲ 7 ਸਾਲ 10 ਸਾਲ ਜਦੋਂ ਇੰਨਾ ਭਰੋਸਾ ਬੱਝ ਗਿਆ, ਠੀਕ ਹੈ ਨਾ, ਉੱਥੇ ਕੋਈ ਐਡਾ, ਹਾਂ ਪਿਰਥੀ ਚੰਦ ਵੱਲੋਂ 6ਵੇਂ ਪਾਤਸ਼ਾਹ ਨੂੰ, ਠੀਕ ਹੈ, ਸਾਹਿਬਜ਼ਾਦਾ ਹਰਗੋਬਿੰਦ ਜਾਣੀ ਉਹਨਾਂ ਦੇ ਗੁਰੂ ਬਣਨ ਤੋਂ ਪਹਿਲਾਂ ਉਹਨੂੰ ਮਾਰਨ ਦੇ ਲਈ ਅਟੈਂਪਟ ਜਿਹੜੀਆਂ ਉਹ ਜ਼ਰੂਰ ਇਤਿਹਾਸ ਨੇ ਦੱਸੀਆਂ, ਠੀਕ ਹੈ
ਕਦੇ ਦਵਾਈ ਨੂੰ ਭੇਜ ਰਿਹਾ ਹੈ ਹੁਣ ਤਾਂ ਗੁਰੂ ਘਰ ਦੀ ਅੰਦਰਲੀ ਗੱਲ ਆ ਬਾਹਰੋਂ ਥੋੜਾ ਕੁ ਆ ਰਿਹਾ ਬਾਹਰੋਂ ਨਹੀਂ ਆ ਵਿਰੋਧੀ ਕੋਈ ਨਹੀਂ ਆ ਬਾਹਰੋਂ ਥੋੜੀ ਕੁਆ ਰਿਹਾ ਅਸੀਂ ਅਸੀਂ ਆਪਣੀ ਇਹ ਜਿਹੜੀ ਆ ਜਿਹੜੀ ਆਪਣੇ ਆਪ ਦੇ ਇੱਕ ਪਾਸੇ ਤਾਂ ਜਿੱਦਾਂ ਪ੍ਰਿਥੀ ਚੰਦ ਨੇ ਜੋ ਕੁਛ ਕੀਤਾ ਹੈਨਾ ਉਹ ਗੱਲਾਂ ਤੁਸੀਂ ਖਾੜਕੂਬਾਦ ਦੇ ਵਿੱਚ ਆਮ ਦੇਖ ਸਕਦੇ ਅਕਸਰ ਦੇਖ ਸਕਦੇ ਰਾਈਟ ਜਿਹੜੇ ਬੰਦੇ ਨਾ ਉੱਥੇ ਹੁਣ ਵੀ ਤੁਸੀਂ ਮੈਂ ਗਰੰਟੀ ਦਿੰਦਾ ਤੂੰ ਮਾਇਆ ਜਸਵੀਰ ਸਿੰਘ ਰੋਡੇ ਆ ਹੈਨਾ ਇਹਨਾਂ ਦੇ ਉਹ ਜੱਸੋਵਾਲ ਹੁਣੀ ਆ ਰਾਈਟ ਇਧਰੋਂ ਪੀਰ ਮੁਹੰਮਦ ਹੁਣੀ ਆ ਠੀਕ ਹੈ ਹੋਰ ਜਿੰਨੇ ਬੰਦੇ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਸੀ ਅਨੁਰਾਗ ਸਿੰਘ ਆ ਇਹ ਜਿੰਨੇ ਬੰਦੇ ਖਾਲਿਸਤਾਨ ਜਾਂ ਟਕਸਾਲ ਦੀਆਂ ਇਧਰੋਂ ਜਾਫੀ ਹੋਣੀ ਜਿਹੜੇ ਖਾਲਿਸਤਾਨ ਦਾ ਗਰੁੱਪ ਆ ਇੰਗਲੈਂਡ ਵਾਲੇ ਜਿੰਨੇ ਖਾਲਿਸਤਾਨੀ ਆ ਠੀਕ ਆ ਇਹ ਮੰਨ ਲਓ 100-150 ਵਧੀਆ ਲੀਡਰ ਚੁਣ ਲਓ ਠੀਕ ਆ ਠੀਕ ਆ ਇਹਨਾਂ ਨੂੰ ਤੁਸੀਂ ਇੱਦਾਂ ਇੱਦਾਂ ਪ੍ਰਪੋਜ਼ਲ ਦਿਓ ਵੀ ਤੁਸੀਂ ਜੇ ਸਾਰੇ ਜਣੇ 6 ਮਹੀਨੇ ਲਈ ਇੱਕ ਥਾਂ ਤੇ ਬੈਠੋ ਰਾਈਟ ਠੀਕ ਆ ਕਿਤੇ ਵੀ ਠੀਕ ਹੈ ਜਾਂ ਸਕਾਈਪ ਰਾਹੀਂ ਕਿਸੇ ਤਰ੍ਹਾਂ ਇੱਦਾਂ ਕਰੋ ਵੀ ਚਲੋ 100-150 ਬੰਦੇ 50 ਬੰਦੇ ਹੈਗੇ ਆ 5 ਬੰਦੇ ਸਕਾਈਪ ਰਾਹੀਂ ਹੋਏ ਹੋਗਾ ਜਿਹੜੀਆਂ ਤੁਸੀਂ ਮੀਟਿੰਗਾਂ ਕਰੋ ਕੌਮੀ ਸਮੱਸਿਆਵਾਂ ਠੀਕ ਹੈ ਉਹ ਮੀਟਿੰਗਾਂ ਨੂੰ ਜਨਤਕ ਕਰੋ ਰਾਈਟ ਵੀਡੀਓ ਰਿਕਾਰਡਿੰਗ ਕਰ ਕਰਕੇ ਲੋਕਾਂ ਦੇ ਮੂਹਰੇ ਰੱਖੋ ਫਿਰ ਇਹਨਾਂ ਦੀ ਅਕਲ ਦਾ ਪੱਧਰ ਦੇਖ ਲਿਓ ਮੈਂ ਵੀ ਗੱਲ ਕਰਨ ਲੱਗਾ ਸੀਗਾ ਅੱਜ ਕੱਲ ਮੈਂ ਇਹ ਤਾਂ ਸੋਚਦੇ ਨੇ ਕਿ ਸੈਮੀਨਾਰ ਕਰਕੇ ਬੰਦਾ ਸਿਆਣਾ ਹੋ ਜਾਂਦਾ ਜਿਹੜੇ ਇਹਨਾਂ ਨੇ ਪਿੱਛੇ ਹੁਣ 4-5 ਸੈਮੀਨਾਰ ਜੇ ਕੀਤੇ ਹੈ ਟਕਸਾਲ ਨੇ ਮਤਲਬ ਬੰਦਾ ਸੁਣ ਲਵੇ ਮੈਂ ਕਹਿੰਦਾ ਇੱਕ ਵਾਰੀ ਜਰੂਰ ਸੁਣਨੇ ਚਾਹੀਦੇ ਆ ਉਹ ਤਾਂ ਫਿਰ ਵੀ ਇੱਦਾਂ ਸੀ ਨਾ ਇਹਨਾਂ ਨੂੰ ਪਤਾ ਸੀ ਇੱਦਾਂ ਇੱਦਾਂ ਦੁਨੀਆਂ ਦੇਖ ਰਹੀ ਵਿਦਵਾਨ ਖੜੇ ਕਰ ਦਿੱਤੇ ਨਹੀਂ ਨਹੀਂ ਵਿਦਵਾਨ ਵੀ ਜਿਹੜੀ ਐਟ ਪ੍ਰੈਜੈਂਟ ਜਿਹੜੀਆਂ ਗੱਲਾਂ ਨੇ ਉਹ ਵੀ ਜਿਹੜੀ ਸਾਹਮਣੇ ਨਾਂ ਵੀ ਨਹੀਂ ਸਹੀ ਲੈ ਰਹੇ ਤੁਸੀਂ ਕਿਤੇ ਨਾ ਇਹਨਾਂ ਦੇ ਲੀਡਰਾਂ ਨੂੰ ਹਾਂਜੀ ਜਿਹੜੇ ਬੰਦੇ ਵਿੱਚ ਵਿਚਰ ਜਿਹੜੇ ਮੂਹਰੇ ਮਸ਼ਹੂਰ ਹੋ ਗਏ ਜਿੱਦਾਂ ਹੁਣ ਮੰਡ ਹੋਣੀ ਆ ਰਾਈਟ ਹਨਾ ਹੁਣ ਬਸੰਤ ਸਿੰਘ ਜਫਰਵਾਲ ਹੋਣੀ ਆ ਜਿੰਨੇ ਬੰਦਿਆਂ ਦੇ ਨਾਂ ਸੁਣਦੇ ਆ ਠੀਕ ਹੈ ਹਨਾ ਕਿਤੇ ਉਹ ਤਾਂ ਸ਼ੁਕਰ ਆ ਮੈਂ ਕਹਿੰਦਾ ਸਾਡੀ ਇੱਜ਼ਤ ਫੇ ਵੀ ਰਹਿ ਗਈ ਆ ਤੇ ਉਦੋਂ ਦੀਆਂ ਵੀਡੀਓ ਰਿਕਾਰਡਿੰਗ ਨਹੀਂ ਹੋਈਆਂ ਨਹੀਂ ਜੇ ਕਿਤੇ ਇਹਨਾਂ ਨੂੰ ਬੈਠਿਆਂ ਨੂੰ ਤੁਸੀਂ ਨਾ ਗੱਲਾਂ ਕਰਦਿਆਂ ਨੂੰ ਜਦੋਂ ਅੰਮ੍ਰਿਤਸਰ ਇਹਨਾਂ ਦੇ ਦਫ਼ਤਰ ਬਣੇ ਹੋਏ ਸੀ ਵੀ ਕਮਾਂਡੋ ਫੋਰਸ ਦਾ ਫਲਾਨਾ ਫੈਡਰੇਸ਼ਨ ਦਾ ਜਦੋਂ ਗੱਲਾਂ ਕਰਦੇ ਸੀ ਆਪਸ ਵਿੱਚ ਇੱਦਾਂ ਹਨਾ ਜਿੱਦਾਂ ਵਿਚਰਦੇ ਸੀ ਜੇ ਕਿਤੇ ਉਹ ਰਿਕਾਰਡਡ ਹੁੰਦੀਆਂ ਸਾਨੂੰ ਤਾਂ ਕਿਸੇ ਖੰਡੇ ਨੂੰ ਥਾਂ ਨਹੀਂ ਸੀ ਮਿਲਣੀ ਵੀ ਐਸੇ ਕੌਮ ਦੇ ਆਗੂ ਆ ਠੀਕ ਹੈ ਇੰਨੇ ਨੀਵੇਂ ਹੁਣ ਵੀ ਮਾਨ ਹੁਣਾਂ ਨੂੰ ਦੇਖਦੇ ਹੀ ਆ ਤੁਸੀਂ ਬਿਲਕੁਲ ਸਾਹਮਣੇ ਦਿਦਾ ਆ ਮੈਂ ਵੀ ਗੱਲ ਕਰਦਾ ਮੈਂ ਸੁਣ ਪੈ ਲੱਗ ਗਿਆ ਮੈਂ ਕਿਹਾ ਚਲੋ ਦੇਖਦੇ ਹਾਂ ਕਿੱਦਾਂ ਹਨਾ ਲੱਗੇ ਉਹੀ ਗੱਲ ਹੈ ਜਿੱਦਾਂ ਸਾਡੇ ਜਾਗਰੂਕਾਂ ਨੇ ਆ ਮਿਲ ਕੇ ਹੀ ਖੈਰ ਉਹ ਤਾਂ ਮਿਲ ਕੇ ਹੀ ਸੀਗੇ ਜਿਹੜੀ ਪਾਰਲੀਮੈਂਟ ਬਣਾਈ ਸੀਗੀ ਇੱਦਾਂ ਇਹਨਾਂ ਨੇ ਵੀ ਸੈਮੀਨਾਰ ਚੰਗੇ ਇੱਦਾਂ ਵਧੀਆ ਹਾਲਾਂ 'ਚ ਜਾ ਕੇ ਕਰਨ ਲੱਗੇ ਆ ਸੋਰੀ ਆਪਣੇ ਕੁਛ ਕਰਾਂਗੇ ਪਰ ਨਹੀਂ ਉੱਥੇ ਬੰਦੇ ਉਹਨੇ ਚੰਗੇ ਉਹਦੇ ਅਲੰਕਾਰ ਲਾਏ ਪਹਿਲੇ ਪੜ੍ਹਾਈਆਂ ਵੀ ਡਿਗਰੀਆਂ ਵੀ ਚੰਗੀਆਂ ਗਿਣਾਤੀਆਂ ਆਈ ਸੀਗਾ ਜਿਹੜਾ ਗੋਗਵਾਣੀ ਬਣਿਆ ਸੀਗਾ ਉੱਥੇ ਉਹ ਵਾਲਾ ਮੈਂ ਸੁਣਿਆ ਸੀਗਾ ਤੇ ਉਹਨੇ ਮਤਲਬ ਉਹਨਾਂ ਦੀ ਗੱਲ ਸੁਣ ਕੇ ਮਤਲਬ ਹਾਸਾ ਆਉਂਦਾ ਬੰਦੇ ਨੂੰ ਮਤਲਬ ਕਿੰਨੀ ਮਤਲਬ ਕਾਹਦੀਆਂ ਡਿਗਰੀਆਂ ਤਾਂ ਤੁਹਾਡੀਆਂ ਕਾਹਦੀਆਂ ਹੋਣ ਬਿਲਕੁਲ ਬੱਚੇ ਦੇ ਬੱਚਿਆਂ ਦੇ ਲੈਵਲ ਤੇ ਆ ਕੇ ਤੁਸੀਂ ਗੱਲਾਂ ਕਰਦੇ ਪਏ ਹੋ ਕਿੱਦਾਂ ਤੁਸੀਂ ਕਿਸੇ ਨੂੰ ਮੋਟੀਵੇਟ ਕਰ ਦੋਗੇ ਤੇ ਬਾਕੀ ਇਹਨਾਂ ਦੀ ਜਿਹੜੀ ਆਹ ਧੁੰਮਾ ਜਦੋਂ ਬੋਲੂਗਾ ਤਾਂ ਫਿਰ ਤਾਂ ਰਹਿ ਗਈਆਂ ਗੱਲਾਂ ਨਹੀਂ ਸਾਰਿਆਂ ਨੂੰ ਤੁਸੀਂ ਕਰਕੇ ਸਾਡੇ ਨਾਲ 108 ਤੇ ਇੱਕ ਸਰੋਤੇ ਆ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰਾ ਨਾਮ ਬਹਾਦਰ ਸਿੰਘ ਤੇ ਮੈਂ ਕੈਲੀਫੋਰਨੀਆ ਤੋਂ ਬੋਲਦਾ ਹਾਂ ਹਾਂਜੀ ਹਾਂਜੀ ਹੋਰ ਸੁਣਾ ਭਾਜੀ ਕੀ ਹਾਲ ਚਾਲ ਠੀਕ ਹੈ ਜੀ ਠੀਕ ਹੈ ਤੁਸੀਂ ਆਉਣੇ ਰਹਾਂ ਇਸ ਵੇਲੇ ਹਾਂਜੀ ਰੇਡੀਓ ਤੇ ਆ ਤੁਸੀਂ ਆਉਣੇ ਰਹਾਂ ਮੈਂ ਕਿਹਾ ਹਾਂਜੀ 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 ਵੀ ਹਾਂਜੀ ਮੈਂ ਇਸੇ ਕਰਕੇ ਕਾਲ ਲਈ ਸੀ ਜੀ ਹਾਂਜੀ ਵੀ ਮੈਂ ਸਿਰਫ ਇੱਕੋ ਗੱਲ ਦੀ ਦਾ ਤੁਸੀਂ ਜਵਾਬ ਲੈਣਾ ਸੀਗਾ ਤੁਹਾਡੇ ਤੋਂ ਹੈਲੋ ਹਾਂਜੀ ਹਾਂਜੀ ਤੁਸੀਂ ਉਹ ਮੈਂ ਤੁਹਾਡੀ ਇੱਕ ਇੰਟਰਵਿਊ ਵੇਖੀ ਆ ਤੇ ਉਹਦੇ ਵਿੱਚ ਤੁਸੀਂ ਕਹਿ ਰਹੇ ਹੋ ਨਾ ਵੀ ਜਿੱਦਾਂ ਮਾਝੇ ਵਾਲੇ ਜਦੋਂ ਸੰਤ ਇਹੋ ਜਿਹੀ ਸਟੇਟਮੈਂਟ ਦਿੰਦੇ ਹੈਗੇ ਤੇ ਮਾਝੇ ਵਾਲੇ ਜਾ ਕੇ ਉਹਨਾਂ ਨੂੰ ਸਵਾਲ ਕਰਦੇ ਹਨਾ ਮਾਝੇ ਵਾਲੇ ਜਾ ਕੇ ਉਹਨਾਂ ਦੇ ਗੱਲ ਪੈਂਦੇ ਤੇ ਭਾਜੀ ਤੇ ਮਾਝੇ ਵਾਲਿਆਂ ਦੀ ਜ਼ਿੰਮੇਵਾਰੀ ਸੀ ਉਹ ਇਸ ਕਰਕੇ ਵੀਰ ਅਸੀਂ ਕਹਿੰਦੇ ਸਾਨੂੰ ਲੱਗਦਾ ਵੀ ਮਾਝੇ ਵਾਲਿਆਂ ਨੇ ਫਿਊਲ ਦਿੱਤਾ ਜਿਹੜੇ ਨਾ ਜਿਹੜੇ ਉਹਨਾਂ ਦੇ ਟਕਸਾਲ ਦੇ ਵਿੱਚ ਆਲੇ ਦੁਆਲੇ ਸੀ ਬਹੁਤੇ ਜਣੇ ਜਾਂ ਤਾਂ ਉਹਦੇ ਆਪਣੇ ਪਿੰਡਾਂ ਵਾਲੇ ਦੇ ਪਿੰਡਾਂ ਦੇ ਜਿਹੜੇ ਫਰੀਦਕੋਟ ਵਾਲਾ ਏਰੀਆ ਰੁੱਡੇ ਦਾ ਉਹ ਪਿੰਡਾਂ ਦੇ ਜਾਂ ਇਹਨਾਂ ਦੇ ਰਿਸ਼ਤੇਦਾਰ ਜਿੱਦਾਂ ਇਹਦੇ ਅਮਰੀਕ ਸੂਹ ਦਾ ਟੱਬਰ ਹੋ ਗਿਆ ਆਪਣੇ ਇਹ ਕਰਤਾਰ ਸਿੰਘ ਦਾ ਟੱਬਰ ਹੋ ਗਿਆ ਜਾਂ ਗੁਰਬਚਨ ਸੂਹ ਦਾ ਉਹਨਾਂ ਚੋਂ ਸੀਗੇ ਤੇ ਜਾਂ ਇਹਨਾਂ ਦੇ ਆਪਣੇ ਇਹ ਜਿਹੜੇ ਇਸ ਏਰੀਏ ਦੇ ਸੀ ਨਹੀਂ ਵੀਰਾ ਉਹ ਮੈਂ ਤਾਂ ਕਹਿ ਰਿਹਾ ਉਹਦਾ ਕ੍ਰੈਡਿਟ ਵੀ ਪਿੰਡਰਾਂ ਵਾਲੇ ਦਾ ਜ਼ਿਆਦਾ ਨਹੀਂ ਖਾਧਾ ਨਾ ਹੁਣ ਤੱਕ
ਜਿੰਨਾ ਚਿਰ ਭਿੰਡਰਾਂ ਵਾਲਾ ਰਿਹਾ ਉਨਾ ਚਿਰ ਗੁੰਡਾਗਰਦੀ ਕਿੱਥੇ ਹੋਈ ਆ? ਨਹੀਂ ਨਹੀਂ ਉਹ ਤਾਂ ਹੱਦ ਹੋ ਗਈ ਯਾਰ, ਤਸ਼ੱਦਦ ਕਿੱਥੇ ਹੋਈ ਆ? ਪਹਿਲਾਂ ਹਥਿਆਰ ਚੱਕ ਕੇ ਗੁੰਡਾਗਰਦੀ ਸ਼ੁਰੂ ਹੋ ਗਈ ਜਾਂ ਪਹਿਲਾਂ ਤਸ਼ੱਦਦ? ਗੁਰਬਚਨ ਸਿੰਘ ਨਿਰੰਕਾਰੀ ਦੇ ਟੱਬਰ ਨੂੰ ਕਤਲ ਹੋਣ ਤੋਂ ਪਹਿਲਾਂ ਸਿੱਖ ਖਾੜਕੂਆਂ ਦੇ ਟਕਸਾਲੀਆਂ ਦੇ ਕਿੰਨੇ ਟੱਬਰ ਕਤਲ ਹੋਏ ਆ? ਹੈਲੋ, ਫਿਰ ਪਤਾ ਨੀ ਵੀਰਾ, ਤੈਨੂੰ ਨਹੀਂ ਪਤਾ ਫਿਰ ਸਿਰ ਨਾ ਫਸਾਇਆ ਕਰੋ। ਮੈਂ ਦੱਸਿਆ ਉੱਥੇ ਗੁੰਡਾਗਰਦੀ ਹੱਦ ਤੋਂ ਵੱਧ ਹੋਈ ਆ ਇਹਨਾਂ ਗੱਲਾਂ ਤੇ। ਅੰਮ੍ਰਿਤਸਰ ਵੀਰਾ ਗੱਲ ਸੁਣ, ਅੰਮ੍ਰਿਤਸਰ ਕੰਪਲੈਕਸ ਦੇ ਅੰਦਰ ਡੀ ਆਈ ਜੀ ਦਾ ਕਤਲ ਹੋ ਗਿਆ, ਪੁਲਿਸ ਦੀ ਜ਼ਰੂਰਤ ਨੀ ਪਈ ਅੰਦਰੋਂ ਲਾਸ਼ ਚੱਕ ਲੈਣ। ਉਹ ਮਾਝੇ ਚ ਵਾਪਰਿਆ, ਉਹ ਮਾਝੇ ਚ, ਇਹਦੇ ਚ ਏਰੀਏ ਦੀ ਨੀ ਗੱਲ ਹੈਗੀ, ਦੁਆਬੇ ਮਾਝੇ ਦੀ। ਮੈਂ ਤਾਂ ਵੈਸੇ ਗੱਲ ਕਰ ਦਿੱਤੀ, ਏਰੀਆ ਉਹੀ ਆ ਉਹਨੂੰ ਅਸੀਂ, ਕਿਉਂਕਿ ਅੰਮ੍ਰਿਤਸਰ ਜਿੱਥੇ ਹੈਗਾ ਆ ਹੁਣ, ਛੇਵੇਂ ਪਾਤਸ਼ਾਹ ਤੋਂ ਬਾਅਦ ਦਰਬਾਰ ਸਾਹਿਬ ਕੋਈ ਜਾ ਨਹੀਂ ਸਕਿਆ। ਉਹ ਉੱਥੇ ਜਿਹੜੇ ਬੰਦੇ ਛੇਵੇਂ ਪਾਤਸ਼ਾਹ ਦੇ ਛੱਡਣ ਤੋਂ ਬਾਅਦ ਉੱਥੇ ਕਾਬਜ ਹੋ ਗਏ, ਉਹ ਗੁਰੂ ਦੇ ਆਪਣੇ ਟੱਬਰ ਦੇ ਨਹੀਂ ਸੀਗੇ। ਮੇਰੇ ਕੋਲ ਜਵਾਬ ਨੀ, ਸੋਰੀ ਭਰਾਵਾ, ਜਾ ਤੂੰ ਹੁਣ, ਜੇ ਤੂੰ ਨਹੀਂ, ਤੇਰੇ ਖਾਨੇ ਪੀ, ਤੈਨੂੰ ਮੈਂ ਦੱਸਤਾ ਦਿੱਤਾ ਹੁਣ, ਹੈਂ ਵੀ ਤੂੰ ਫੇਰ ਉਹੀ ਕਹੀ ਜਾਂਦਾ ਮੈਂ ਕਰਕੇ। ਇੱਥੇ ਕੋਈ ਇੱਦਾਂ ਥੋੜੀ ਅਸੀਂ ਗੱਲ ਕੀਤੀ ਆ ਵੀ ਅਸੀਂ ਦੁਆਬੇ ਦੇ ਹਾਂ ਤਾਂ ਉਹ ਮਾਝੇ ਦੇ, ਉਹ ਹੁਣ ਜਦੋਂ ਛੇਵੇਂ ਪਾਤਸ਼ਾਹ ਤੋਂ ਬਾਅਦ ਜਿਹੜੇ ਬੰਦੇ ਉੱਥੇ ਕਾਬਜ ਹੋ ਗਏ ਹਨਾ, ਉਹਨਾਂ ਦੀ ਦੁਕਾਨ ਕਿਹਨਾਂ ਲੋਕਾਂ ਦੇ ਆਸਰੇ ਨਾਲ ਚੱਲੀ ਆ? ਜਿਹੜੇ ਲੋਕਲ ਸੀਗੇ, ਅੱਜ ਸਵੇਰੇ 4 ਵਜੇ ਉੱਥੇ ਧੋਣ ਕੌਣ ਜਾਂਦੇ ਆ? ਹੁਣ ਤੁਸੀਂ ਕਹਿੰਦੇ ਦੁਆਬੇ ਤੋਂ ਜਾਂਦੇ ਉੱਥੇ ਲੋਕ, 3 ਵਜੇ ਜਦੋਂ ਜਾ ਕੇ ਉੱਥੇ ਮੂਹਰੇ ਮੋਢਾ ਦਿੰਦੇ ਆ ਚੱਕ ਕੇ ਪਾਲਕੀ ਨੂੰ, ਕਿਹੜੇ ਲੋਕ ਆ ਉਹ? ਤੁਸੀਂ ਆਲੇ ਦੁਆਲੇ ਦੇ ਲੋਕ ਆ, ਉਹਨੂੰ ਅਪੋਜ਼ ਕਰੋ ਕਰਕੇ ਕਿਉਂ ਹੋ ਜਾਵੇ? ਟਕਸਾਲ ਕਿੱਦਾਂ ਚੱਲੀ ਆ? ਤੁਸੀਂ ਉਦਾਂ ਉਦਾਂ ਬਾਕੀ ਸਾਰੀ ਦੁਨੀਆਂ ਦੇ ਕਤਲ ਕਰਨ ਤੁਰ ਪਏ ਤੁਸੀਂ, ਰਾਧਾ ਸਵਾਮੀਆਂ ਦਾ ਡੇਰਾ ਤੁਹਾਡੀ ਹਿੱਕ ਦੇ ਉੱਤੇ ਬਣ ਗਿਆ ਹਨਾ, ਨਿਰੰਕਾਰੀਆਂ ਦਾ ਇੱਕ ਸਮਾਗਮ ਰੋਕਣ ਲੱਗ ਪਏ ਤੁਸੀਂ, ਉਹ ਦਿੱਲੀ ਤੋਂ ਆਏ ਸੀ ਅਗਲੇ, ਉੱਥੇ ਏਡਾ ਵੱਡਾ ਡੇਰਾ ਬਣਿਆ ਪਿਆ, ਉੱਥੇ ਉੱਥੇ ਚੱਲ ਜਾਂਦੇ ਤਾਂ ਤੁਸੀਂ? ਗੁਆਂਢੀ ਚ ਆ ਨਾਲੇ, ਹਾਂ ਠੀਕ ਹੈ ਨਾ, ਉਹ ਫੈਸਲੇ ਤੁਸੀਂ ਲਏ ਆ ਭਾਈ, ਉਹ ਤਾਂ ਗੱਲ ਫਿਰ ਹੋਣੀ ਆ ਨਾ। ਬਿਲਕੁਲ ਠੀਕ ਹੈ, 108 ਦੇ ਉੱਤੇ ਤੁਸੀਂ ਆਉਂਦੇ, ਚੱਲ ਗਿਆ, ਸੋਰੀ ਉਹ ਤਾਂ ਚਲੇ ਗਿਆ ਜੀ। ਤੇ ਨਹੀਂ ਉਹ ਉਹ ਕੋਈ ਵੀ ਹੋਵੇ ਜੀ ਉਹ, ਠੀਕ ਆ, ਉਹਦੇ ਲਈ ਸਾਨੂੰ ਆਪ ਸੋਚਣਾ ਪੈਣਾ, ਖਿਆਲ ਕਰਨਾ ਪੈਣਾ ਵੀ ਅਸਲ ਸਮੱਸਿਆ ਹੈ ਕਿੱਥੇ ਆ, ਠੀਕ ਆ। 107 ਤੇ ਤੁਸੀਂ ਆਉਂਦੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰਦਾਰ ਜੀ, ਮੈਂ, ਮੇਰਾ ਨਾਮ ਨਰਿੰਦਰ ਆ, ਮੈਂ ਨਿਊਜ਼ੀਲੈਂਡ ਤੋਂ ਬੋਲ ਰਿਹਾ। ਹਾਂਜੀ, ਮੈਂ ਤੁਹਾਡਾ ਰੇਡੀਓ ਸੁਣਨਾ, ਵੈਸੇ ਮੈਂ ਹੂੰ ਅੰਮ੍ਰਿਤਸਰ ਦਾ, ਠੀਕ ਹੈ, ਡਿਸਟ੍ਰਿਕਟ ਅੰਮ੍ਰਿਤਸਰ ਦਾ। ਮੈਂ ਤੁਹਾਡਾ ਰੇਡੀਓ ਸੁਣਨਾ, ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਕੋਈ ਤਾਂ ਪੰਜਾਬੀ ਹੈ ਜਿਹੜਾ ਪੰਜਾਬੀਆਂ ਦੀਆਂ ਬੁਰਾਈਆਂ ਨੂੰ ਉਜਾਗਰ ਕਰ ਰਿਹਾ। ਪਰ ਮੈਂ ਸਮਝਦਾ ਹਾਂ ਕਿ ਜਿਹੜਾ ਆਪਾਂ ਇਹ ਇੰਨੀ ਪੁਆੜੇ ਦੀ ਜੜ ਪੈਦਾ ਕਿੱਥੋਂ ਹੋਈ, ਜੇ ਗੁਰੂ ਮਹਾਰਾਜ ਨੇ ਜਿਹੜੇ ਸਿੱਖ ਪੈਦਾ ਕੀਤੇ ਸਨ ਉਹ ਐਸੇ ਨਹੀਂ ਸਨ, ਸਿੱਖ ਤੇ ਗੁਰੂ ਨਾਨਕ ਸਾਹਿਬ ਤੋਂ ਵੇਲੇ ਤੋਂ ਹੀ ਨੇ। ਪਰ ਮੈਂ ਸਮਝਦਾ ਹਾਂ ਕਿ ਉਦੋਂ ਲੋਕੀ ਮਨ ਤੋਂ ਸਿੱਖ ਸਨ, ਹੁਣ ਲੋਕਾਂ ਨੇ ਆਪਣੇ ਵਿਚਾਰ ਬਦਲ ਕੇ ਆਪਣੇ ਆਪ ਨੂੰ ਤਨ ਤੋਂ ਸਿੱਖ ਬਣਾ ਲਿਆ। ਵੀਰਾ ਇੱਕ ਨਾ, ਮੈਨੂੰ ਇੱਕ ਦਿਨ ਵੀਰ ਨੇ ਇੱਕ ਨੇ ਸਵਾਲ ਪੁੱਛਿਆ, ਹਾਂਜੀ, ਤੇ ਮੈਂ ਤੁਹਾਡੇ ਨਾਲ ਵੀ ਸਾਂਝਾ ਕਰ ਲੈਣਾ ਤਾਂ ਸਰੋਤਿਆਂ ਨਾਲ ਵੀ। ਹਾਂਜੀ, ਸਵਾਲ ਇਹ ਸੀਗਾ ਵੀ ਜਿਹੜਾ ਅਸੀਂ ਸਿੱਖ ਧਰਮ ਕਹਿੰਦੇ ਹਾਂ, ਹਾਂਜੀ ਹਨਾ, ਜਿੱਦਾਂ ਹੁਣ ਤੁਸੀਂ ਵੀ ਸ਼ਬਦ ਵਰਤਿਆ ਵੀ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਸਿੱਖ ਬਣਾਏ, ਗੁਰੂ ਸਾਹਿਬ ਦੀ ਗੱਲ ਕਰੀਏ ਜਾਣੀ ਜਿੱਥੋਂ ਸ਼ੁਰੂ ਹੋਇਆ, ਅਸੀਂ ਹੁਣ ਇਹ ਤਾਂ ਕਹਿ ਨਹੀਂ ਸਕਦੇ ਵੀ ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਉਹਨਾਂ ਦੇ ਟਾਈਮ ਇਹ ਨਾਂ ਸਿੱਖ ਧਰਮ ਸੀਗਾ। ਹਾਂਜੀ ਹਨਾ, ਹਾਂਜੀ, ਇਹ ਕਿੱਥੋਂ ਮਿਲਿਆ ਸਾਨੂੰ ਸ਼ਬਦ ਸਿੱਖ ਜਿਹੜਾ ਆ?
ਦੇਖੋ ਜੀ ਸਿੱਖ ਧਰਮ ਜੋ ਮੈਂ ਸਮਝਦਾ ਕਿ ਜਿਹੜਾ ਉਸ ਗੁਰੂ ਦੀ ਸਿੱਖਿਆ ਤੇ ਲੱਗ ਗਿਆ ਨਹੀਂ 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 ਇੱਦਾਂ ਨਹੀਂ ਉਹ ਫਿਲਾਸਫੀ ਨਹੀਂ ਆਪਾਂ ਮੈਂ ਤਾਂ ਗੱਲ ਮੈਂ ਵੈਸੇ ਸਵਾਲ ਕਰਦਾ ਵੀ ਕੋਈ ਇਤਿਹਾਸਕ ਸਰੋਤ ਗੁਰੂ ਗ੍ਰੰਥ ਸਾਹਿਬ ਜਾਂ ਇੱਦਾਂ ਕਿਤਿਓਂ ਜਿੱਦਾਂ ਵਾਹਿਗੁਰੂ ਸ਼ਬਦ ਆ ਸਾਡਾ ਉਹ ਰੌਣਕ ਝੋਲੇ ਵਾਲਾ ਆ ਕਰਤਾ ਆ ਸਾਡਾ ਉਹ ਰੌਣਕ ਝੋਲੇ ਵਾਲਾ ਗੁਰੂ ਆ ਗੁਰੂ ਗੁਰੂ ਗ੍ਰੰਥ ਸਾਹਿਬ ਚੋਂ ਕਿਤੇ ਵੀ ਗਵਾਹੀ ਨਹੀਂ ਮਿਲਦੀ ਵੀ ਦੇਹ ਨੂੰ ਗੁਰੂ ਕਿਹਾ ਗਿਆ ਆ ਇੱਦਾਂ ਨਾ ਬਿਲਕੁਲ ਨਹੀਂ ਹਨਾ ਫਿਰ ਇੱਦਾਂ ਜਿਹੜਾ ਸਿੱਖ ਸ਼ਬਦ ਆ ਹਾਂਜੀ ਉਹ ਕਿੱਥੋਂ ਸਰੋਤ ਕੀ ਆ ਕਿੱਥੋਂ ਆਇਆ ਕੀ ਇੱਦਾਂ ਕੋਈ ਇੱਦਾਂ ਸਾਡੇ ਕੋਲ ਗਵਾਹੀ ਹੈਗੀ ਆ ਗੁਰੂ ਤੇ ਕਿੰਤੂ ਕਰਦੇ ਸੀ ਫਿਰ ਰੱਬ ਤੇ ਕਰਦੇ ਸੀ ਹੁਣ ਸਿੱਖ ਸ਼ਬਦ ਤੇ ਵੀ ਕਰ ਲੱਗ ਪਿਆ ਨਹੀਂ ਸਾਨੂੰ ਇੰਨਾ ਦੱਸ ਦਿਓ ਵੀ ਉਹਦਾ ਕਿੱਥੋਂ ਸਾਡੀ ਕੌਮ ਅਸੀਂ ਕਿੱਥੋਂ ਇੱਦਾਂ ਕਹਿਣ ਲੱਗੇ ਹਾਂ ਵੀ ਹਾਂ ਅਸੀਂ ਸਿੱਖ ਇਹ ਧਰਮ ਆ ਇੱਦਾਂ ਕਿ ਕਿਸੇ ਗੁਰੂ ਸਾਹਿਬ ਨੇ ਗੁਰਬਾਣੀ ਨੇ ਕਿੱਥੇ ਕਿਹਾ ਇੱਦਾਂ ਹਾਂ ਤੁਸੀਂ ਗੱਲ ਕਰੋ ਹਾਂਜੀ ਮੈਂ ਕਹਿਣ ਦਿਆ ਸੀ ਕਿ ਮਤਲਬ ਮੇਰਾ ਕਹਿਣ ਦਾ ਮਤਲਬ ਆ ਕਿ ਹੁਣ ਅੱਜ ਉਹ ਪੋਜੀਸ਼ਨ ਆ ਗਈ ਵੀ ਜਿਸ ਤਰ੍ਹਾਂ ਪਹਿਲਾਂ ਇੱਕ ਸਿੱਖ ਆਪਣੇ ਆਪ ਨੂੰ ਇਨਸਾਨੀਅਤ ਜਾਂ ਦੁਨੀਆਂ ਦੇ ਨਾਲ ਆਪਣੇ ਆਪ ਨੂੰ ਰਚ ਮਿਚ ਕੇ ਰੱਖਦਾ ਸੀ ਜਾਂ ਨੀਵਾਂ ਹੋ ਕੇ ਚੱਲਦਾ ਸੀ ਜਾਂ ਪਿਆਰ ਨਾਲ ਰਹਿੰਦਾ ਸੀ ਜਾਂ ਦਇਆ ਭਾਵਨਾ ਸਹਿਣਸ਼ੀਲਤਾ ਉਹਦੇ ਵਿੱਚ ਬਹੁਤ ਸੀ ਪਰ ਅੱਜ ਜਦੋਂ ਅਸੀਂ ਇੱਕ ਸਿੱਖ ਬਣਨੇ ਆ ਸਾਡੇ ਅੰਦਰ ਇੱਕ ਹੰਕਾਰ ਦਾ ਜਿਹੜਾ ਵਾਸ ਆ ਉਹ ਜ਼ਿਆਦਾ ਹੋ ਜਾਂਦਾ ਆਮ ਆਦਮੀ ਦਾ ਇਹ ਬੁਰਾਈਆਂ ਸਾਡੇ ਚ ਆਈਆਂ ਕਿੱਥੋਂ ਜਦੋਂ ਕਿ ਬਹੁਤ ਵੱਡਾ ਗ੍ਰੰਥ ਆ ਸਾਡੇ ਵਿੱਚ ਔਰ ਜਿਹਦੇ ਵਿੱਚ ਹਰ ਜਿਹੜੀ ਸ਼ਬਦ ਆ ਉਹ ਸਾਰੀ ਦੁਨੀਆਂ ਵਾਸਤੇ ਆ ਮੈਂ ਨੀ ਸਮਝਦਾ ਕਿ ਕਿਸੇ ਖਾਸ ਕੌਮ ਵਾਸਤੇ ਆ ਉਹਦੇ ਵਿੱਚ ਜੋ ਸਹਿਣਸ਼ੀਲਤਾ ਦਇਆ ਜਿਸ ਤਰ੍ਹਾਂ ਦਾ ਵੀ ਉਹਨਾਂ ਨੇ ਉਹਨਾਂ ਦੇ ਸਿੰਬਲ ਦੇ ਦਰਖਤ ਨਾਲ ਵੀ ਮਤਲਬ ਕੀਤਾ ਕਿ ਸਿੰਬਲ ਰੁੱਖ ਸਰਾਈ ਆ ਦੀਰ ਗਦਮੁੱਚ ਉਹਨੇ ਫਿੱਕੇ ਫਲ ਬਕ ਬਕੇ ਕੰਮ ਨਾ ਆਉਣ ਪਤ ਜੇ ਕੋਈ ਆਏ ਆਸ ਕਰ ਜਾਏ ਨਿਰਾਸ਼ੇ ਘੱਟ ਮਿੱਠੇ ਤੇ ਨੀਵੀ ਨਾਨਕਾ ਗੁਣ ਚ ਨਿਆਈਆਂ ਦਾ ਉਹਨਾਂ ਨੇ ਕਦੀ ਇਸ ਚੀਜ਼ ਬਾਰੇ ਸੋਚਿਆ ਹੀ ਨਹੀਂ ਸੀ ਜਿੰਨੀ ਸਹਿਣਸ਼ੀਲਤਾ ਇਸ ਧਰਮ ਨੇ ਜਾਂ ਇਸ ਗ੍ਰੰਥ ਨੇ ਸਾਨੂੰ ਦਿੱਤੀ ਆ ਸ਼ਾਇਦ ਹੋਰ ਕਿਸੇ ਚੋਂ ਨਹੀਂ ਮਿਲਦੀ ਪਰ ਫਿਰ ਵੀ ਪਹਿਲਾਂ ਗੁਰਦੁਆਰਾ ਕੋਈ ਕੋਈ ਹੁੰਦਾ ਸੀ ਹੁਣ ਮੇਰੇ ਖਿਆਲ ਲੱਖਾਂ ਕਰੋੜਾਂ ਹੋ ਗਏ ਘਰ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਪਰ ਸਾਡੇ ਅੰਦਰ ਵਿਚਾਰ ਬਦਲ ਗਏ ਅਸੀਂ ਦੁਨੀਆਂ ਨਾਲੋਂ ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਲੱਗ ਗਏ ਦੁਨੀਆਂ ਨਾਲੋਂ ਅਲੱਗ ਸਮਝਣ ਲੱਗ ਗਏ ਇਹ ਇੰਨਾ ਕੁਛ ਇਹ ਕਿਉਂ ਆਇਆ ਜਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਸਮਝਿਆ ਹੀ ਨਹੀਂ ਤੇ ਜਾਂ ਅਸੀਂ ਉਹਨਾਂ ਗਿਆਨੀਆਂ ਦੇ ਹੱਥ ਆ ਗਏ ਜਿਹੜੇ ਇਹਨਾਂ ਦਾ ਵਿਸ਼ਲੇਸ਼ਣ ਕਰਦੇ ਨੇ ਉਹਨਾਂ ਨੇ ਆਪਣੇ ਹਿਸਾਬ ਨਾਲ ਸਾਨੂੰ ਜੋ ਦੱਸਿਆ ਅਸੀਂ ਉੱਤੇ ਚੱਲਣ ਲੱਗ ਪਏ ਇੱਕ ਚੀਜ਼ ਦਾ ਖਿਆਲ ਰੱਖਿਓ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਵੀ ਜਦੋਂ ਏਦਾਂ ਗੁਰਦੁਆਰਾ ਕਿਤੇ ਕਿਤੇ ਹੁੰਦਾ ਸੀ ਹਾਂਜੀ ਸਿੱਖ ਵਧੀਆ ਹੁੰਦੇ ਸੀ ਉਹਦੇ ਲਈ ਥੋੜਾ ਜਿਹਾ ਏਦਾਂ ਕਿਤੇ ਬੈਠ ਕੇ ਸੋਚਿਓ ਵੀ ਉਹ ਕਿਹੜਾ ਟਾਈਮ ਸੀ ਕਿਹੜੇ ਟਾਈਮ ਦੀ ਤੁਸੀਂ ਗੱਲ ਕਰਦੇ ਵੀ ਗੁਰਦੁਆਰਾ ਕਿਤੇ ਕਿਤੇ ਹੁੰਦਾ ਸੀ ਦੇਖੋ ਜੀ ਮੈਂ ਤੇ ਮੇਰਾ 60 ਦਾ ਜਨਮ ਆ ਮੈਂ ਸਮਝਦਾ ਹੁੰਦਾ ਹਾਂ ਵੀ ਸਾਡੇ ਪਿੰਡ ਚ ਕੀ ਗੁਰਦੁਆਰੇ ਹੁਣ 5 ਨੇ ਮੇਰਾ ਕਹਿਣ ਦਾ ਮਤਲਬ ਕਿ ਜਦ ਅਸੀਂ ਉਹਦੇ ਵਿੱਚ ਵੀ ਥੋੜੀ ਜਿਹੀ ਵੰਡੀਆਂ ਪਾ ਲਈਆਂ ਸੋਲਵੀ ਸਦੀ ਦਾ ਅਖੀਰ ਜਦੋਂ ਪੰਜਵੇਂ ਪਾਤਸ਼ਾਹ ਨੂੰ ਗੁਰੂ ਬਣਾਇਆ ਗਿਆ ਉਦੋਂ ਸਕੇ ਭਰਾਵਾਂ ਚ ਵੀ ਵੰਡੀ ਪੈ ਗਈ ਸੀ ਬਿਲਕੁਲ ਦਰਬਾਰ ਸਾਹਿਬ ਚ ਹਾਂਜੀ ਮੈਂ ਤੁਹਾਨੂੰ ਤਾਂ ਪੁੱਛਿਆ ਸੀ ਵੀ ਕਦੋਂ ਕਦੀ ਤੁਸੀਂ ਗੱਲ ਕਰਦੇ ਹੋ ਵੀ ਗੁਰਦੁਆਰੇ ਥੋੜੇ ਸੀ ਤੇ ਉਦੋਂ ਸਹਿਣਸ਼ੀਲਤਾ ਬਹੁਤ ਸੀ ਇੱਕ ਜਾਣੀ ਜਦੋਂ ਨਾ ਪਹਿਲੇ ਗੁਰੂ ਨੇ ਭਾਈ ਲਹਿਣਾ ਜੀ ਨੂੰ ਗੁਰੂ ਥਾਪਿਆ ਹਾਂਜੀ ਉਦੋਂ ਹੀ ਕਲੇਸ਼ ਪੈ ਗਿਆ ਬਿਲਕੁਲ ਲਹਿਣਾ ਜੀ ਦਾ ਸ਼੍ਰੀ ਚੰਦ ਦਾ ਹਾਂਜੀ ਹਾਂਜੀ ਫਿਰ ਤੀਜੇ ਪਾਤਸ਼ਾਹ ਦੇ ਵੇਲੇ ਚੌਥੇ ਪਾਤਸ਼ਾਹ ਦੇ ਵੇਲੇ ਹਾਂਜੀ ਉਹ ਪੈਂਦਾ ਹੀ ਗਿਆ ਉਹ ਪਰ ਥੋੜਾ ਜਿਹਾ ਸੋਚਣ ਵਾਲੀ ਗੱਲ ਇਹ ਵੀ ਆ ਹੁਣ ਜਿਸ ਤਰ੍ਹਾਂ ਆਪਾਂ ਪਿੰਡਰਾਂ ਵਾਲੇ ਦੀ ਗੱਲ ਕਰਦੇ ਹਾਂ ਆਪਾਂ 84 ਦੇ ਦੰਗਿਆਂ ਦੀ ਗੱਲ ਕਰਦੇ ਹਾਂ ਤੇ ਬਹੁਤ ਬੁਰਾ ਹੋਇਆ ਇੱਕ ਆਦਮੀ ਇੱਕ ਨੂੰ ਮਾਰਨ ਲਈ ਤੁਸੀਂ ਇੰਨਿਆਂ ਲੋਕਾਂ ਨੂੰ ਨਿਹੱਥਿਆਂ ਨੂੰ ਬੇਕਸੂਰਾਂ ਨੂੰ ਮਾਰ ਦਿੱਤਾ ਬਹੁਤ ਵੱਡਾ ਜ਼ੁਲਮ ਸੀ ਪਰ ਜੇ ਅਸੀਂ ਮੁੜ ਕੇ ਵਹਿੰਦੇ ਹਾਂ
ਕਿ ਪੰਜਾਬ ਦੇ ਵਿੱਚ 15 ਸਾਲ ਉਹਨਾਂ ਲੋਕਾਂ ਤੇ ਵੀ ਤੇ ਜ਼ੁਲਮ ਹੋਏ ਜੋ ਸਾਡੇ ਅੜੋਸੀ ਪੜੋਸੀ ਹਨ, ਸਾਡੇ ਕੋਲ ਰਹਿੰਦੇ ਸਨ, ਜਿਨ੍ਹਾਂ ਨੂੰ ਆਪਾਂ ਹਿੰਦੂ ਕਹਿ ਦਿੰਦੇ ਹਾਂ, ਗਰੀਬਾਂ ਨੂੰ ਮਾਰ ਮਾਰ ਕੇ। 15 ਸਾਲ ਦਾ ਤਸ਼ੱਦਦ ਕੁਛ ਥੋੜਾ ਨੀ ਹੁੰਦਾ, ਇਹ ਔਰੰਗਜ਼ੇਬ ਨਾਲੋਂ ਕਿਸੇ ਬੰਨੇ ਘੱਟ ਨਹੀਂ ਸੀ। ਜਿਸ ਤਰ੍ਹਾਂ ਔਰੰਗਜ਼ੇਬ ਨੇ ਉਸ ਟਾਈਮ ਤੇ ਕੀਤਾ, ਉਹੀ ਹਥਿਆਰ ਬਿਲਕੁਲ ਉਹੀ ਕੁਛ ਯੂਜ਼ ਕੀਤਾ ਗਿਆ। ਮੈਂ ਤਾਂ ਕਹਿੰਦਾ ਉਸ ਤੋਂ ਵੀ ਅੱਗੇ ਵੱਧ ਕੇ ਉਹਨਾਂ ਦੀਆਂ ਜ਼ਮੀਨਾਂ ਖੋਲੀਆਂ ਗਈਆਂ। ਬਹੁਤ ਸਾਰੇ ਜਿਹੜੇ ਵੱਡੇ ਵੱਡੇ ਪਿੰਡਾਂ ਦੇ ਸਰਪੰਚ ਸਨ, ਉਹਨਾਂ ਨੇ ਉਹਨਾਂ ਬੰਦਿਆਂ ਨੂੰ ਸ਼ਰਨ ਦਿੱਤੀ ਔਰ ਉਹਨਾਂ ਦੇ ਮੁੰਡੇ ਅਗਵਾ ਕਰਕੇ ਉਹਨਾਂ ਤੋਂ ਕੋਈ ਜ਼ਮੀਨਾਂ ਕਿਸੇ ਕੋਲ 50,000 ਨੂੰ ਲੈ ਲਈ। ਅੱਡਿਆਂ ਤੇ ਜਿਨ੍ਹਾਂ ਦੀ ਕੀਮਤ 50 ਲੱਖ ਰੁਪਏ ਕਿੱਲਾ ਸੀ, ਉਹ 50,000 ਨੂੰ ਵੀ ਲਈ ਗਈ ਔਰ ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਉੱਥੋਂ ਕੱਢਣ ਲਈ ਕਿਸੇ ਵੀ। ਅੱਛਾ, ਇਸ ਤੋਂ ਇਲਾਵਾ ਚਲੋ ਇਹ ਤੇ ਹਿੰਦੂਆਂ ਨਾਲ ਹੋਇਆ, 80% ਸਿੱਖ ਜਿਹੜੇ ਆਪਣੇ ਸਰਦਾਰ ਜਿਹੜੇ ਡੇਰਿਆਂ ਤੇ ਰਹਿੰਦੇ ਨੇ ਉਹਨਾਂ ਨਾਲ ਇੰਨਾ ਘਿਨਾਉਣਾ ਜ਼ੁਲਮ ਹੋਇਆ, ਸ਼ਾਇਦ ਕੋਈ ਨਾ ਬੋਲੇ ਪਰ ਮੈਨੂੰ ਪਤਾ ਹੈ ਕਿ ਉਹ ਸਾਡੇ ਚਾਚੇ ਤਾਏ ਸਨ ਜਿਨ੍ਹਾਂ ਦੇ ਘਰੋਂ ਰੋਟੀਆਂ ਵੀ ਖਾਣੀਆਂ, ਪੈਸੇ ਵੀ ਲੈਣੇ ਔਰ ਉਹਨਾਂ ਦੇ ਬੱਚਿਆਂ ਦੀ ਬੇਇੱਜ਼ਤੀ ਵੀ ਕਰਨੀ, ਪਰ ਉਸ ਟਾਈਮ ਕੋਈ ਨੀ ਬੋਲਿਆ। ਏਡੀ ਸੰਘਰਸ਼ ਵਾਲੀ ਕੌਮ, 2.5 ਕਰੋੜ ਦੇ ਵਿੱਚੋਂ ਇੱਕ ਬੰਦੇ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਸਾਡੇ ਨਾਲ ਕੀ ਹੋ ਰਿਹਾ। ਨਹੀਂ ਹੈ ਹੀ ਨਹੀਂ ਵੀਰਾ ਇਹ ਗੱਲਾਂ ਜਿਹੜੀਆਂ ਨਾ, ਇੱਦਾਂ ਅਸੀਂ ਕਹਿ ਰਹੇ ਹਾਂ ਸੰਘਰਸ਼ ਵਾਲੀ ਕੌਮ, ਮਹਾਨ ਕੌਮ, ਇੱਦਾਂ ਦਾ ਕੁਛ ਹੈ ਨਹੀਂ। ਜਿਹੜਾ ਅਸਲ 'ਚ ਜਦੋਂ ਨਾ ਅਸੀਂ ਸੰਘਰਸ਼ ਦੀ ਗੱਲ ਕਰਦੇ ਹਾਂ ਉਦੋਂ ਕੌਮ ਦੀ ਗਿਣਤੀ ਇੰਨੀ ਨਹੀਂ ਸੀਗੀ। ਨਾ ਤਾਂ ਗੁਰੂ ਨਾਨਕ ਨੇ 3 ਕਰੋੜ ਸਿੱਖ ਬਣਾਏ ਆ, ਝੂਠਿਆ ਇਹ, ਉਦੋਂ ਪਾਪੂਲੇਸ਼ਨ ਹੈ ਨਹੀਂ ਸੀ ਇੰਨੀ। ਨਹੀਂ ਨਹੀਂ 3 ਕਰੋੜ ਹੋਣਗੇ ਨਾ, ਗੁਰੂ ਗੋਬਿੰਦ ਸਿੰਘ ਦੇ ਵੇਲੇ 10-10 ਲੱਖ ਦੇ, 80-80 ਲੱਖ ਦੇ ਇਕੱਠ ਹੋਏ ਆ। ਹਾਂਜੀ ਠੀਕ ਹੈ, ਉਹ ਉੱਥੇ ਗਿਣਤੀ ਸੈਂਕੜਿਆਂ 'ਚ ਹੀ ਰਹੀ ਆ। ਪਰ ਕਹਿਣ ਵਾਲੇ ਤੇ ਇਹ ਵੀ ਦੱਸਦੇ ਨੇ, ਸਟੀਚ ਇਹ ਵੀ ਆਉਂਦਾ ਆ ਕਿ ਜਦੋਂ ਇਹ ਅੰਮ੍ਰਿਤ ਛਕਾਇਆ ਗਿਆ ਉਦੋਂ ਸਾਰਿਆਂ ਸਿੱਖਾਂ ਨੇ ਤੇ ਅੰਮ੍ਰਿਤ ਨਹੀਂ ਛਕਿਆ, ਜਿਹੜੇ ਉਸ ਟਾਈਮ ਫੌਜ ਵਿੱਚ ਭਰਤੀ ਹੋਏ ਸੀ ਉਹਨਾਂ ਨੇ ਛਕਿਆ। ਉਹ ਵੱਖਰੀਆਂ ਪਤਾ ਨਹੀਂ ਵੀਰਾ, ਉਹ ਸਾਰੀਆਂ ਧਾਰ ਸਾਰੀਆਂ ਅਸੰਪਸ਼ਨਸ ਬਣਾਈਆਂ ਹੋਈਆਂ ਆ। ਕਿਸੇ ਨੇ, ਹਿੰਦੂ ਲੋਬੀ ਨੇ ਆਪਣੇ ਹਿਸਾਬ ਨਾਲ ਕਰ ਦਿੱਤੀ, ਟਕਸਾਲੀਆਂ ਨੇ ਆਪਣੇ ਨਾਲ ਕਰ ਦਿੱਤੀ, ਹਰੇਕ ਦਾ ਜਿਹਦਾ ਜੀ ਕਰਦਾ। ਅੱਛਾ, ਫਿਰ ਇਸ ਤੋਂ ਇਲਾਵਾ ਇਹ ਵੀ ਆਉਂਦਾ ਆ ਕਿ ਵੀ ਉਸ ਟਾਈਮ ਤੇ ਜਿੰਨੇ ਹਿੰਦੂ ਪਰਿਵਾਰ ਸੀ ਉਹ ਆਪਣਾ ਪਹਿਲਾ ਬੱਚਾ ਸਿੱਖ ਬਣਾਉਂਦੇ ਸੀ ਖਾਲਸਾ ਫੌਜ ਵਾਸਤੇ, ਉਹ ਵੀ ਉਸ ਵੇਲੇ ਨਹੀਂ ਸੀਗਾ, ਉਹ ਬਾਅਦ ਵਿੱਚ ਪਤਾ ਨਹੀਂ ਕਿੱਦਾਂ ਹੋਈ ਆ। ਇਹ ਮੈਨੂੰ ਲੱਗਦਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਹੋ ਸਕਦਾ ਹੋਇਆ ਹੋਵੇ, ਕਿਉਂਕਿ ਉਹ ਵੀ ਕਿਸੇ ਸਾਜਿਸ਼ ਅਧੀਨ ਹੋ ਸਕਦਾ ਹੋਇਆ ਹੋਵੇ। ਸ਼ਾਇਦ ਇਹ ਹਿਸਟਰੀ ਵਿੱਚ ਦੱਸਦੇ ਆ ਕਿ ਉਦੋਂ ਮਤਲਬ ਇਹ ਮਤਲਬ ਇਹਨਾਂ ਦਾ ਕਰੈਕਟਰ ਇੰਨਾ ਉੱਚਾ ਸੀ ਕਿ ਹਰ ਪਰਿਵਾਰ ਆਪਣੇ ਨਹੀਂ ਕੋਈ ਕੋਈ ਸੈਂਸ ਨਹੀਂ ਬਣਦੀ। ਦੇਖੋ ਹੁਣ ਮੰਨ ਲਓ ਅੱਜ ਦੇ ਸਮੇਂ 'ਚ ਤੁਸੀਂ ਨਿਊਜ਼ੀਲੈਂਡ 'ਚ ਰਹਿੰਦੇ ਆ ਨਾ, ਨਿਊਜ਼ੀਲੈਂਡ ਦੇ ਵਿੱਚ ਰਗਬੀ ਦੀ ਟੀਮ ਆ, ਮੰਨ ਲਓ ਬਹੁਤ ਸੋਹਣੀ ਟੀਮ ਆ, ਬਿਲਕੁਲ ਬਿਲਕੁਲ, ਔਰ ਆਲ ਬਲੈਕ ਜਿਹੜੀ ਇੱਥੇ ਦੀ ਰਾਸ਼ਟਰੀ ਟੀਮ ਆ ਉਹਦੇ ਨਾਂ ਥੱਲੇ ਖੇਡਣਾ ਬਹੁਤ ਗਰਵ ਵਾਲੀ ਗੱਲ ਆ। ਔਰ ਆਲ ਬਲੈਕ ਦਾ ਨਾਂ ਆ ਸਾਰੀ ਦੁਨੀਆਂ 'ਚ, ਬਿਲਕੁਲ। ਜੇ ਕੋਈ ਇਹ ਕਹੇ ਵੀ ਨਿਊਜ਼ੀਲੈਂਡ ਦੀ ਜਿਹੜੀ ਰਗਬੀ ਦੀ ਟੀਮ ਆ ਉਹ ਬਹੁਤ ਵਧੀਆ ਆ, ਬਹੁਤ ਜਾਣੀ ਦੁਨੀਆਂ 'ਚ ਨਾਂ ਆ, ਤੇ ਨਿਊਜ਼ੀਲੈਂਡ ਦੇ ਲੋਕਾਂ ਨੇ ਇਹ ਸੁਪਨਾ ਲੈ ਲਿਆ ਵੀ ਹਰੇਕ ਘਰ ਦਾ ਇੱਕ ਬੱਚਾ ਆਲ ਬਲੈਕ ਬਣਾਵਾਂਗੇ ਅਸੀਂ, ਇੱਦਾਂ ਬਣ ਸਕਦਾ ਇੱਦਾਂ, ਪਤਾ ਕੀ ਆ ਲੋਕ। ਨਹੀਂ ਨਹੀਂ ਨਹੀਂ, ਇੱਕ ਮਿੰਟ, ਮੇਰੀ ਗੱਲ ਨਹੀਂ ਸੁਣੀ ਤੁਸੀਂ। ਜੇ ਇਹ ਸਟੇਟਮੈਂਟ ਦਈਏ ਵੀ ਨਿਊਜ਼ੀਲੈਂਡ ਦੇ ਵਿੱਚ ਇਹ ਲੋਕਾਂ ਨੇ ਇੱਦਾਂ ਵਾਅਦਾ ਕਰਤਾ ਵੀ ਇਹ, ਕਿਉਂਕਿ ਇਹਦਾ ਨਾਂ ਬਹੁਤ ਆ, ਸਾਰੇ ਪਸੰਦ ਕਰਦੇ ਆ, ਵੀ ਇੱਕ ਇੱਕ ਬੱਚਾ ਅਸੀਂ ਆਲ ਬਲੈਕ ਬਣਾਵਾਂਗੇ। ਬੇਸ਼ੱਕ ਤੁਸੀਂ ਜੋ ਕਹਿੰਦੇ ਹੋ ਸੱਚ ਆ। ਨਹੀਂ ਨਹੀਂ, ਤੁਸੀਂ ਇੱਦਾਂ ਇੱਦਾਂ ਅੱਗੇ ਨਾ ਜਾਓ, ਉੱਥੇ ਰੁਕੋ ਇੱਕ ਮਿੰਟ ਵੀਰੇ, ਰੁਕੋ ਪਹਿਲਾਂ ਇੱਥੇ। ਹਾਂਜੀ ਹਾਂਜੀ, ਦੱਸੋ ਪਹਿਲਾਂ ਇੱਥੇ ਰੁਕੋ ਕਿ ਇੱਦਾਂ ਸਾਡੇ ਕਹਿਣ ਨਾਲ ਸਾਡਾ ਬੱਚਾ ਰਗਬੀ ਖੇਡਣ ਲੱਪੂਗਾ, ਟੀਮ ਚ ਸਿਲੈਕਟ ਹੋ ਜਾਊਗਾ, ਡਿਪੈਂਡ ਕਰਦਾ ਕਿਹੜੇ ਬੰਦੇ ਜਾਂਦਾ, ਉੱਤੇ ਕੋਈ ਦਬਾਅ ਨਹੀਂ ਪਾ ਸਕਦੇ। ਨਹੀਂ ਨਹੀਂ, ਉਹ ਨਹੀਂ ਮੈਂ ਗੱਲ ਕਰਦਾ, ਮੈਂ ਕਹਿੰਦਾ ਦਬਾਅ ਵੀ ਪੈ ਗਿਆ, ਸਾਰਾ ਕੁਛ ਹੋ ਗਿਆ, ਤੁਸੀਂ ਮੰਨ ਲਿਆ ਸਾਰਾ ਕੁਛ ਹੋ ਗਿਆ, ਉਹ ਉਹਨੂੰ ਜਿਹਨੂੰ ਖੇਡਣੀ ਨਹੀਂ ਆਉਂਦੀ ਕੋਚ ਉਹਨੂੰ ਇੰਟਰ ਕਿੱਦਾਂ ਕਰ ਲਊਗਾ। ਨਹੀਂ ਬਿਲਕੁਲ, ਤੁਸੀਂ ਨਹੀਂ, ਗੁਰੂ ਗੋਬਿੰਦ ਸਿੰਘ ਹੈ ਕਿ ਕੋਚ, ਬਿਲਕੁਲ ਇੱਕ ਟੀਮ ਆ, ਇੱਦਾਂ ਕਿੱਦਾਂ ਹੋ ਗਿਆ ਵੀ ਤੁਸੀਂ ਕਹਿਤਾ ਵੀ ਵਧੀਆ ਬਹੁਤ ਟੀਮ ਆ ਵੀ ਮੈਂ ਆਪਣਾ ਬੱਚਾ ਉੱਥੇ ਤੇ ਉੱਦਾਂ ਹਰੇਕ ਨੂੰ ਸ਼ਾਮਿਲ ਕਰੀਗਾ ਵੀ ਆ ਜਾ ਤੂੰ, ਉਹ ਕਹਿੰਦੇ ਤੂੰ ਦਇਆ ਸਿੰਘ ਹੈਗਾ ਤੂੰ ਆ ਜਾ, ਧਰਮ ਸਿੰਘ ਹੈਗਾ ਇਹਦਾ ਸਿਰ ਦੇ ਦੇਣਾ ਤਾਂ ਆ ਜਾ,
ਅਸੀਂ ਕਹਿਤਾ ਵੀ ਨਹੀਂ ਨਹੀਂ ਇਹ ਧਰਮ ਵਧੀਆ ਬਹੁਤ ਆ, ਇੱਕ ਬੱਚੇ ਨੂੰ ਅਸੀਂ ਇੱਦਾਂ ਗੁਰੂ ਦਾ ਸਿੱਖ ਬਣਾਵਾਂਗੇ, ਗੁਰੂ ਸਾਹਿਬ ਕਿੱਦਾਂ ਕਰ ਸਕਦੇ ਇੱਦਾਂ? ਇੱਦਾਂ ਕਰਕੇ ਲੈ ਲੋਗੇ ਵੀ ਹਾਂ ਇਹ ਇਹ ਜਜ਼ਬਾਤੀ ਬਹੁਤ ਆ, ਅਣਖ ਵੀਰਾ ਗੈਰਤ ਵਾਲਾ ਬੰਦਾ ਜਿਹਨੂੰ ਪਤਾ ਮੇਰਾ ਮਿਸ਼ਨ ਕੀ ਆ, ਉਹ $2 ਨਹੀਂ ਫੜਦਾ ਕਿਸੇ ਕੋਲੋਂ। ਉਹਨੂੰ ਪਤਾ ਪੈ ਨਾ ਅੱਜ 2 ਦੇਣੇ ਆ, ਭਲਕੇ ਨੂੰ 50 ਕੋਲ ਮਿਹਣਾ ਦੇਣਾ। ਬਿਲਕੁਲ, ਹੁਣ ਸਾਨੂੰ ਆਪਣਾ ਪਤਾ ਸੀ ਤਾਂ ਧੁੰਦੇ ਵਰਗੇ ਨੂੰ ਛਿੱਤਰ ਦੀ ਨੋਕ ਤੇ ਨਹੀਂ ਜਾਣੇ ਆ। ਬਿਲਕੁਲ ਬਿਲਕੁਲ ਠੀਕ ਹੈ। ਤੇ ਗੁਰੂ ਸਾਹਿਬ ਇੱਦਾਂ ਕਿੱਦਾਂ ਹੋ ਸਕਦੀ ਆ? ਸਿਰਫ ਇਸ ਕਰਕੇ ਹਿੰਦੂਆਂ ਦੇ ਪਰਿਵਾਰਾਂ ਚੋਂ ਇੱਕ ਇੱਕ ਬੱਚਾ ਲੈਣ ਲੱਗ ਪਿਆ ਹੁਣ ਉਹ। ਇਹ ਜੇ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਹੋਇਆ, ਜਦੋਂ ਸੁਵਿਧਾ ਮਿਲਣ ਲੱਗੀ ਆ ਨਾ, ਖੁੱਲੀਆਂ ਤਨਖਾਹਾਂ, ਰੋਕਣੇ ਵਾਲਾ ਕੋਈ ਨਹੀਂ ਸੀਗਾ। ਨੌਰਥ ਇੰਡੀਆ ਦੇ ਸਾਰੇ ਖਿੱਤੇ ਵਿੱਚ ਤੁਸੀਂ ਮੁਗਲਾਂ ਦੇ ਜਾਣੀ ਜਮਰੌਤ ਤੱਕ ਤਾਂ ਜਾ ਕੇ ਕਿਸੀਆਂ ਕਰਾਤੀਆਂ ਉਹਨਾਂ ਦੀਆਂ। ਹੁਣ ਕਿਹੜਾ ਹਿੰਦੂ ਸੀ ਜਿਹੜਾ ਮੁਸਲਮਾਨਾਂ ਦੇ ਵਿਰੁੱਧ ਬਦਲਾ ਨਹੀਂ ਸੀ ਲੈਣਾ ਚਾਹੁੰਦਾ? ਬਿਲਕੁਲ, ਉਹਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਜਾਣੀ ਬਿਨਾਂ ਕਿਹੜਾ ਮੌਕਾ ਮਿਲਿਆ ਹੋਊਗਾ? ਬਿਲਕੁਲ ਬਿਲਕੁਲ, ਫਿਰ ਬਸ ਉਸ ਵੇਲੇ ਹੋਇਆ ਹੋਊਗਾ ਵੀ ਉਹਨਾਂ ਨੇ ਕੀਤਾ ਵੀ ਇੱਕ ਬੱਚਾ ਉੱਥੇ ਕਰੋ, ਖੁੱਲ ਸੀ। ਹੁਣ ਇੱਕ ਬੱਚੇ ਦੇ ਉੱਥੇ ਫੌਜ ਦੇ ਜਾਣ ਦੇ ਨਾਲ ਜਾਣੀ ਅਮਰ ਛੱਕ ਲਿਆ, ਸਿੱਖ ਹੋ ਗਿਆ, ਉਹਦੇ ਨਾਲ ਖੁੱਲੀ ਤਨਖਾਹ ਆਉਣ ਲੱਗ ਪਈ। ਬਿਲਕੁਲ ਬਿਲਕੁਲ, ਔਰ ਜੇ ਕਿਸੇ ਗੱਲੋਂ ਕੋਈ ਮਾਮਲਾ ਕੋਈ ਗੱਲ ਆ, ਕਿਉਂਕਿ ਉਹ ਕਰਿੰਦਾ ਆ ਸਰਕਾਰ ਦਾ, ਹੁਣ ਸਾਰਾ ਪਰਿਵਾਰ ਬਚ ਗਿਆ, ਬਾਕੀ ਆਪਣਾ ਕੰਮ ਕਰੀ ਗਏ। ਠੀਕ ਹੈ, ਹੋਰ ਕੋਈ ਸਬੱਬ ਨਹੀਂ ਬਣਦਾ, ਕੋਈ ਸਮਾਂ ਨਹੀਂ ਬਣਦਾ ਉਹ ਤੋਂ ਬਿਨਾਂ। ਸਿਰਫ ਉਹ ਬੰਦਾ ਗਿਆ ਹੋਊਗਾ ਉੱਥੇ ਜਿਹੜਾ ਯੋਗ ਸੀ, ਉਹ ਤਾਂ ਓਬਵੀਅਸ ਆ ਨਾ। ਜਿਹੜੇ ਬੰਦੇ ਗੁਰੂ ਸਾਹਿਬ ਦੇ ਵੇਲੇ ਸਿੱਖ ਬਣੇ ਆ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ, ਉਹ ਮੁਸਲਮਾਨ ਹੋਣਗੇ, ਬਿਲਕੁਲ ਹਿੰਦੂ ਹੋਣਗੇ, ਯੋਗੀ ਹੋਣਗੇ, ਜੈਨੀ ਹੋਣਗੇ, ਬੁੱਧੀ ਹੋਣਗੇ। ਤੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਕਿੱਦਾਂ ਇੱਦਾਂ ਕਹੋਗੇ ਵੀ ਸਭ ਤੋਂ ਵੱਧ ਕੌਣ ਬਣੇ ਆ? ਏਦਾਂ ਥੋੜੀ ਕੋਈ ਰੇਸ਼ੋ ਆ ਸਾਡੇ ਕੋਲ? ਨਹੀਂ ਨਹੀਂ, ਐਸੀ ਤਾਂ ਕੋਈ ਰੇਸ਼ੋ ਨਹੀਂ। ਜੋ ਉਸ ਟਾਈਮ ਤੇ ਉਪਲਬਧ ਹੋਣਗੇ ਜਾਂ ਜਿਹੜੇ ਇਸ ਗੱਲ ਨੂੰ ਮੰਨਦੇ ਹੋਣਗੇ, ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਗੇ, ਉਹੀ ਤਾਂ ਬਣੇ ਹੋਣਗੇ। ਬਸ ਗੁਰੂ ਨਾਨਕ ਦੇਵ ਜੀ ਆਪ ਵੀ ਤਾਂ ਹਿੰਦੂ ਹੀ ਸੀਗੇ ਨਾ। ਬਿਲਕੁਲ ਬਿਲਕੁਲ, ਹੁਣ ਇਹ ਗੱਲ ਵੱਖਰੀ ਆ ਵੀ ਅਸੀਂ ਇੱਦਾਂ ਕਹੀ ਜਾਂਦੇ ਹਾਂ ਵੀ ਤਾਂ ਜਾਣੀ ਜੰਮੇ ਹੀ ਜਦੋਂ ਆ ਉਦੋਂ ਹੀ ਹੱਸ ਪੈ ਜਾਣੀ, ਉਦੋਂ ਹੀ ਇੱਦਾਂ ਰੱਬ ਕੋਲੋਂ ਸਾਰਾ ਕੁਛ ਲੈ ਕੇ ਆਏ ਆ। ਪਰ ਵੀਰ ਜੀ ਇੱਕ ਗੱਲ ਹੋਰ ਵੀ ਆ, ਅਸੀਂ ਇਹ ਵੀ ਮੰਨਦੇ ਹਾਂ ਕਿ ਉਹ ਕਿਸੇ ਸਕੂਲੇ ਨਹੀਂ ਗਏ, ਕਿਸੇ ਕੋਲੋਂ ਪੜ੍ਹੇ ਨਹੀਂ। ਨਹੀਂ 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 ਨਹੀਂ, ਇਹ ਗੱਲਾਂ ਇਹ ਗੱਲਾਂ ਸਿਰਫ ਕਹੀਆਂ ਗਈਆਂ ਆ। ਅੱਛਾ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ 1469 ਚ, ਉੱਥੇ ਕਿੰਨੇ ਕਾਨਵੈਂਟ ਸਕੂਲ ਸੀਗੇ? ਕੀ ਪਤਾ ਉਸ ਟਾਈਮ ਕੋਈ ਥਾਂ ਵੀ ਨਹੀਂ। ਅੱਛਾ, ਯੂਨੀਵਰਸਿਟੀ ਕਿਹੜੀ ਪੈਂਦੀ ਸੀ ਉੱਥੇ? ਮਤਲਬ ਕਿਹਦੇ ਕਾਹਦੇ ਬਾਰੇ ਕਹਿ ਸਕਦੇ ਵੀ ਉੱਥੇ 5 ਸਕੂਲ ਸੀ ਤਾਂ ਸਕੂਲੇ ਗਏ ਨੀ ਉਹ? ਜਿਹੜਾ ਵਿਧਾਨ ਸੀ ਉਦੋਂ, ਵਿਧਾਨ ਇਹ ਸੀ ਵੀ ਉੱਥੇ ਜਿਹੜਾ ਧਰਮ ਦਾ ਜਿੱਥੇ ਕੋਈ ਜਾਣੀ ਮੁਸਲਮਾਨਾਂ ਦੀ ਮਸੀਤ ਆ, ਮਦਰੱਸਾ ਆ, ਉੱਥੇ ਉਹ ਮੌਲਵੀ ਕਾਜੀ ਉਹ ਪੜ੍ਹਾ ਰਿਹਾ ਆ, ਹਿੰਦੂਆਂ ਦੇ ਵਿੱਚ ਬ੍ਰਾਹਮਣ ਆ, ਪੰਡਿਤ ਆ, ਕਿਉਂਕਿ ਵਿਦਿਆ ਦੇਣ ਦਾ ਤੇ ਲੈਣ ਦਾ ਅਧਿਕਾਰ ਹੀ ਉਹਦੇ ਕੋਲ ਸੀ, ਉਹ ਪੜ੍ਹਾਉਂਦਾ ਸੀ। ਪਰ ਜਿਨ੍ਹਾਂ ਨੇ ਵੀ ਇਸ ਚੀਜ਼ ਦਾ ਦੁਰਉਪਯੋਗ ਕੀਤਾ ਉਹਨਾਂ ਦਾ ਅੱਜ ਕੀ ਹਾਲ ਆ? ਉਹ 0 ਹੋ ਗਏ। ਹਾਂ, ਮੈਂ ਤੁਹਾਡੀ ਇਸ ਗੱਲ ਲੱਗਾ ਸੀ ਕਹਿਣ ਕਿ ਆਪਾਂ ਵਾਹਿਗੁਰੂ ਸ਼ਬਦ ਦਾ ਉਲੇਖ ਕੀਤਾ ਆ, ਕਹਿਣ ਨੂੰ ਗਿਆਨੀ ਇਹ ਵੀ ਗੱਲ ਕਹਿੰਦੇ ਨੇ ਕਿ ਇਹ ਤੇ ਮਤਲਬ ਉਹ ਆ ਵਾਸੁਦੇਵ। ਹਾਂ, ਆਪਣੀ ਆਸਾ ਦੀ ਵਾਰ ਵਿੱਚ ਇਹਦਾ ਅਰਥ ਸਪਸ਼ਟ ਕੀਤਾ ਹੈ। ਕਿੱਥੇ? ਭਾਈ ਗੁਰਦਾਸ ਜੀ ਨੇ ਆਪਣੀ ਆਸਾ ਦੀ ਵਾਰ ਗੁਰਦਾਸ ਦੀ ਵਾਰ ਨਹੀਂ ਉਹ ਗੱਲਾਂ ਜਿਹੜੀਆਂ ਕਹੀਆਂ ਜਾਂਦੀਆਂ ਉਹ ਨਾ ਗੱਲ ਕਰੀਏ ਅਸੀਂ, ਤਾਂ ਮੈਂ ਤਾਂ ਉਦਾਂ ਗੱਲ ਕਰਦਾ ਵੀ ਜਿੱਦਾਂ ਉਹ ਸ਼ਬਦ ਸਾਡੇ ਤੇ ਥੋਪ ਦਿੱਤਾ ਗਿਆ ਆ, ਇੱਦਾਂ ਥੋੜਾ ਹੋ ਸਕਦੀ ਆ ਭਾਈ ਗੁਰਦਾਸ ਜੀ ਇਹ ਕਹਿ ਦੇਣ ਉਹ ਹਿੰਦੂਆਂ ਦੇ ਉਹਨਾਂ ਦੇ ਕਰਕੇ ਨਾਮ ਬਣਿਆ ਆ, ਇਹ ਇੱਦਾਂ ਕਿੱਦਾਂ ਹੋ ਸਕਦੀ? ਹੱਦ ਹੋ ਗਈ ਯਾਰ। ਉਹ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੀ ਲਿਖਿਆ, ਸਾਰੇ ਗੁਰੂ ਗ੍ਰੰਥ ਸਾਹਿਬ ਚ ਧੱਜੀਆਂ ਡੱਕ ਰੱਖਦੇ ਦੀਆਂ ਉਹਨਾਂ ਦੇ ਕਰਮ ਕਾਂਡਾਂ ਦੀਆਂ, ਤੇ ਆਪਣੀ ਹੱਥੀ ਲਿਖਦੇ ਬਾਅਦ ਚ ਨਾਲ ਸ਼੍ਰੀਕਾਚਾਰੀ ਚ ਹਾਲ ਲਿਖ ਗਏ ਹੁਣ ਉਹ।
ਇਹ ਕਿੱਦਾਂ ਹੋ ਸਕਦਾ? ਇਹਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੇ ਬਾਬਾ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਉਹ ਲਿਖ ਕੇ ਉਹ ਭਾਈ ਗੁਰਦਾਸ ਦੇ ਨਾਮ ਮੜ ਦਿੱਤਾ। ਜਿਹੜੀ ਵੀ ਕੋਈ ਮਹਾਨ ਪਰਸਨੈਲਿਟੀ ਸੀ ਗੁਰੂ ਦੇ ਵੇਲੇ ਦੀ, ਉਹ ਜਿੰਨੇ ਧੱਕੇ ਕੀਤੇ ਆ ਨੀ ਉਹਨਾਂ ਮਹਾਨ ਪਰਸਨੈਲਿਟੀਆਂ ਦੇ ਨਾਂ ਕੀਤੇ ਆ। ਬਿਲਕੁਲ, ਇਹਨਾਂ ਨੇ ਤਾਂ ਛੇਵੇਂ ਪਾਤਸ਼ਾਹ ਨਾ ਛੱਡੇ, ਕੋਲਾਂ ਦੀ ਆਸ਼ਟੀਕਰਨ ਤੋੜ ਦਿੱਤੇ। ਉਹ ਮੈਂ ਉਹੀ ਤਾਂ ਕਹਿੰਦਾ ਵੀ ਆਪਣੇ ਗੁਰੂਆਂ ਨੂੰ ਮਤਲਬ ਇੱਕ ਕਰੈਕਟਰਲੈਸ ਸਾਬਤ ਕਰਨ ਦੀ ਬਿਲਕੁਲ ਕੋਸ਼ਿਸ਼ ਕੀਤੀ ਗਈ ਨਹੀਂ। ਉਹ ਬਸ ਜਿੰਨੇ ਨਾਮੀ ਸਿੱਖ ਜਿਹੜੇ ਕਿਤੇ ਉਹਨਾਂ ਕਿਤੇ ਉਹਨਾਂ ਜਿਨ੍ਹਾਂ ਦਾ ਨਾਂ ਸੀ, ਜਿਨ੍ਹਾਂ ਨੂੰ ਲੋਕ ਸਤਿਕਾਰ ਨਾਲ ਦੇਖਦੇ ਸੀ, ਉਹਨਾਂ ਦੇ ਨਾਂ ਥੱਲੇ ਹੀ ਇੱਦਾਂ ਇਹ ਸਾਰਾ ਕੁਛ ਚਲਾਇਆ ਇਹਨਾਂ ਨੇ, ਜਿੰਨੇ ਰਹਿਤਨਾਮੇ ਆ, ਠੀਕ ਹੈ, ਜਿੰਨੇ ਗੁਰੂ ਦੇ ਹੁਕਮਾਂ ਦੀ ਗੱਲ ਆਉਂਦੀ, ਜਿਹੜੀ ਵੀ ਗੱਲ ਤੁਸੀਂ ਵੈਸੇ ਯਾਰ ਕਿਸੇ ਨਾਲ ਗੱਲ ਕਰਨ ਲੱਗੇ ਤਾਂ ਕਹਿ ਦਿਓ ਵੀ ਆਇਨਸਟਾਈਨ ਨੇ ਆਹ ਗੱਲ ਕਹੀ ਸੀ, ਠੀਕ ਹੈ। ਕਿਸੇ ਕਿਸੇ ਵੱਡੇ ਬੰਦੇ ਦਾ ਨਾਂ ਲੈ ਦਿਓ, ਤੁਸੀਂ ਕਿੰਨੇ ਕੁ ਜਣੇ ਆ ਜਿਹੜੇ ਇੱਦਾਂ ਪੁੱਛਦੇ ਤੁਹਾਨੂੰ ਵੀ ਕਿਹੜੀ ਕਿਤਾਬ 'ਚ ਭਾਈ ਕਿੱਥੇ ਕਹੀ ਆ ਉਹਨੇ। ਹੁਣ ਫੇਸਬੁੱਕ 'ਤੇ ਲਿਖ ਦਿਓ ਅਤੇ ਇੱਕ ਸਟੇਟਮੈਂਟ ਲਿਖ ਕੇ ਥੱਲੇ ਇੱਦਾਂ ਕਿਸੇ ਦਾ ਨਾਂ ਲਿਖ ਦਿਓ। ਬਸ ਫਿਰ ਉਹ ਚੀਜ਼ਾਂ ਨੂੰ ਹਾਂ। ਚਲੋ ਥੈਂਕ ਯੂ ਵੀਰ ਜੀ, ਸਾਡੇ ਨਾਲ ਦੋ ਸਰੋਤੇ ਹੋ ਰਿਹਾ, ਧੰਨਵਾਦ ਤੁਹਾਡਾ। ਆਪਾਂ ਵਟਸਐਪ ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਸੋਰੀ ਜੀ, ਹਾਂਜੀ ਹਾਂਜੀ, ਤੁਸੀਂ ਆਸਟ੍ਰੇਲੀਆ ਤੋਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ, ਮੈਂ ਹਰਪ੍ਰੀਤ ਬੋਲ ਰਿਹਾ, ਆਵਾਜ਼ ਆ ਰਹੀ ਮੇਰੀ? ਆ ਰਹੀ ਹੈ ਜੀ। ਹੈਲੋ, ਹਾਂਜੀ, ਇੱਕ ਨਾਰਾਜ਼ਗੀ ਹੈ ਤੁਹਾਡੇ ਨਾਲ ਤੇ ਇੱਕ ਦੋ ਮੈਂ ਆਪਣੇ ਵਿਚਾਰ ਦੱਸਣੇ ਚਾਹੁੰਦਾ। ਹਾਂਜੀ, ਸਿੱਖ ਧਰਮ ਦੀ ਮੇਰੇ ਅਨੁਸਾਰ ਇਹ ਵਿਆਖਿਆ ਹੈ, ਧਰਮ ਉਹ ਚੀਜ਼ ਹੈ ਜਿਹਦੇ ਚ ਕੋਈ ਧਾਰਮਿਕ ਮੈਂ ਤਾਂ ਇਹ ਪੁੱਛਿਆ ਕੋਈ ਜਣਾ ਇਹ ਦੱਸੇ ਵੀ ਜਿਹੜਾ ਸਿੱਖ ਸ਼ਬਦ ਆ ਉਹ ਸਾਨੂੰ ਕਿੱਥੋਂ ਕੁ ਮਿਲਿਆ, ਕਿਹਨੇ ਇਹ ਪਹਿਲੀ ਵਾਰ ਕਿਹਾ ਆ? ਇੰਨਾ ਤਾਂ ਨਹੀਂ ਪਤਾ, ਬਟ ਇੰਨਾ ਪਤਾ ਹੈ ਕਿ ਜੋ ਕਰ ਕਰ ਸੁਣਾਵੇ ਹਰ ਨਾਮ ਕੀ, ਸੋ ਗੁਰ ਸਿੱਖਾ ਮਨ ਮਿੱਠਾ ਲੱਗੇ ਮਿੱਠਾ। ਜੋ ਮਤਲਬ ਆਪਣੀ ਜੋਬ ਦੇ ਥਰੂ ਜਾਂ ਆਪਣੇ ਜੋ ਵੀ ਕਹੀਏ ਉਹਦੇ ਥਰੂ ਆਪਣੇ ਵਿਚਾਰ ਦੇਵੇ, ਹਨਾ, ਉੱਥੋਂ ਮੈਨੂੰ ਲੱਗਦਾ ਕਿ ਨਾਮਕਰਨ ਹੋ ਚੁੱਕਾ ਨਾ। ਜੇ ਉਸ ਪੰਕਤੀ ਨੂੰ ਇੱਦਾਂ ਲੈਣਾ ਆ ਵੀ ਉਹ ਸ਼ਬਦ ਗੁਰਸਿੱਖਾਂ ਜਿਹੜਾ ਆ ਉਹ ਜਿਹੜੇ ਇਹਦੇ ਫੋਲੋਅਰ ਆ ਸਿੱਖ ਧਰਮ ਦੇ ਉਹਨਾਂ ਨੇ ਲਿਆ ਗਿਆ, ਉਸ ਵੇਲੇ ਤਾਂ ਨਾਮਕਰਨ ਹੋ ਚੁੱਕਾ ਹੋ ਗਿਆ। ਠੀਕ ਹੈ ਜੀ, ਠੀਕ ਹੈ, ਚਲੋ। ਤੇ ਇੱਕ ਨਾਰਾਜ਼ਗੀ ਹੈ ਛੋਟੀ ਜੀ। ਹਾਂਜੀ, ਉਹ ਇਹ ਹੈ ਕਿ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਕਿ ਤੁਸੀਂ ਗੁਰੂ ਸਾਹਿਬ ਦੀ ਜਿਹੜੀ ਤੁਲਨਾ ਕੀਤੀ ਸੀ, ਇੱਕ ਯੂਟਿਊਬ ਤੇ ਵੀਡੀਓ ਪਾਈ ਸੀ, ਉਹ ਤੁਸੀਂ ਕਿਹਾ ਖੰਡ ਵਰਗੇ ਗੁਰੂ। ਹਾਂਜੀ, ਖੰਡ ਵਰਗੇ ਗੁਰੂ ਕੋਈ ਇੱਦਾਂ ਦਾ ਤੁਸੀਂ ਟੌਪਿਕ ਟਾਈਟਲ ਪਾਇਆ ਸੀ, ਖੰਡ ਵਰਗੇ, ਖੰਡ ਵਰਗੇ ਗੁਰੂਆਂ ਦੀ, ਮਤਲਬ ਕੋਈ ਮੈਨੂੰ ਯਾਦ ਨਹੀਂ ਆ ਰਿਹਾ, ਤੁਸੀਂ ਯੂਟਿਊਬ ਤੇ ਉਹਦਾ ਟਾਈਟਲ ਪਾਇਆ। ਇੱਦਾਂ ਨਾ ਵੀਰਾ, ਹੁਣ ਦੇਖ ਤੂੰ ਇੱਦਾਂ ਐਡੀ ਬੜੀ ਸਾਡੀ ਇੱਥੇ ਆ ਕੇ ਸਾਡੀ ਲਾਹੋ ਪਾਹੋ ਕਰਨ ਲੱਗਾ, ਨਾ ਤੈਨੂੰ ਯਾਦ ਨਹੀਂ, ਤੂੰ ਪਹਿਲਾਂ ਉਹਦੀ ਫੋਟੋ ਖਿੱਚ ਲੈਂਦਾ ਮਾੜਾ ਮੋਟਾ ਕੁਛ ਕਰ ਲੈਂਦਾ, ਹੁਣ ਜੇ ਤਾਂ ਮੈਂ ਕਹਾਂ ਇੱਦਾਂ ਹੈ ਨਹੀਂ ਉਹ ਤੇਰੇ ਨਾਲ ਧੱਕਾ ਆ, ਜੇ ਮੈਂ ਤੇਰੀ ਗੱਲ ਮੰਨ ਲਵਾਂ ਤਾਂ ਮੇਰੇ ਨਾਲ ਧੱਕਾ ਆ। ਨਹੀਂ ਮਤਲਬ ਤੂੰ ਇੱਦਾਂ ਜਦੋਂ ਐਡਾ ਮਿਹਣਾ ਦੇਣਾ ਹੁੰਦਾ ਥੋੜੀ ਬਹੁਤੀ ਤਿਆਰੀ ਤਾਂ ਕਰਕੇ ਆਇਆ ਕਰੋ, ਉਹਨੂੰ ਉਹਨੂੰ ਦੇਖਿਆ ਉਹਦਾ ਸਨੈਪਸ਼ਾਟ ਲੈ ਲੈਂਦਾ ਕੋਈ, ਝੂਠ ਬੋਲਦਾ ਇੱਦਾਂ ਨੀ ਹੈਗੀ ਤੇਰੀ ਬੇਇੱਜ਼ਤੀ ਉਹਦੇ ਵਿੱਚ। ਜੇ ਮੈਂ ਕਹਿ ਦਿਆਂ ਵੀ ਹਾਂ ਯਾਰ ਸਾਤੋਂ ਲਿਖ ਹੋ ਗਿਆ ਤੇ ਉਹ ਅਸੀਂ ਮੈਂ ਕਿੱਦਾਂ ਕਬੂਲ ਲਵਾਂ ਜਦੋਂ ਏਦਾਂ ਦੀ ਹੁਣ ਖੰਡ ਵਰਗੇ ਗੁਰੂ ਗੰਨੇ ਚੋਂ ਨਿਕਲਦੇ ਆ, ਡਿਸਕਸ਼ਨ ਕੀ ਹੋਊਗੀ ਖੰਡ ਵਰਗੇ ਗੁਰੂ ਦਾ ਟਾਈਟਲ ਦੇਣ ਲਈ ਸਾਡੀ? ਉਹਦੇ ਚ ਸੀ ਕਿ ਖੰਡ ਵਰਗੇ ਗੁਰੂ ਤੇ ਰਲਾ ਪਾਤਾ, ਮੈਨੂੰ ਜਿਹੜਾ ਖੰਡ ਦੀ ਤੁਲਨਾ ਨਹੀਂ ਸੀ ਚੰਗੀ ਲੱਗੀ, ਬਾਕੀ ਤੇ ਸਾਰੀ ਚੀਜ਼ ਸਹੀ ਹੈ। ਚਲੋ ਕੋਈ ਨੀ, ਪਹਿਲਾਂ ਵੀਰਾ ਲੱਭ ਲਾ, ਕੋਈ ਨੀ ਲੱਭ ਲਾ ਪਹਿਲਾਂ, ਫੇਰ ਦੱਸ ਦੇਈ ਸਾਨੂੰ ਇੱਦਾਂ, ਹਨਾ, ਨਾਰਾਜ਼ਗੀ ਬਾਅਦ ਚ ਕਰਨੀ, ਠੀਕ ਆ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਕੋਈ ਨੀ ਕੋਈ ਨੀ, ਥੈਂਕ ਯੂ, ਕੋਈ ਠੀਕ ਹੈ ਜੀ। ਹੈ
ਨਹੀਂ ਨਹੀਂ ਇੱਦਾਂ ਥੋੜਾ ਇੱਦਾਂ ਪਤਾ ਨੀ ਹੁਣ ਉਦਾਂ ਗੱਲ ਹੋਈ ਹੋਊਗੀ ਤਾਂ ਪਿੱਛਾਂ ਜੀ ਕਿਸੇ ਕੋਈ ਦਾ ਐਗਜ਼ਾਮਪਲ ਜਿਹੜਾ ਦੇ ਹੋ ਜਾਂਦੀ ਆ ਹਨਾ ਪਰ ਉਹ ਹਾ ਗੱਲ ਨੀ ਬਣਦੀ ਜਾਣੀ ਠੀਕ ਆ ਨਹੀਂ ਪਤਾ ਨੀ ਜੀ ਅਸੀਂ ਜਦੋਂ ਦੇਖਦੇ ਹਾਂ ਗੱਲ ਕਰਦੇ ਹਾਂ ਜਿਹੜਾ ਆਲਾ ਦੁਆਲਾ ਨਾ ਜਿੱਦਾਂ ਬਿਲਡ ਹੋਇਆ ਆ ਮੈਨੂੰ ਇੱਦਾਂ ਲੱਗੀ ਜਾਂਦਾ ਆ ਹਾਂਜੀ ਵੀ ਜਿੱਦਾਂ ਨਾ ਹਿੰਦੂ ਧਰਮ ਆ ਜੀ ਹਨਾ ਹਾਂਜੀ ਮੁਸਲਿਮ ਧਰਮ ਆ ਜੀ ਹਨਾ ਉੱਦਾਂ ਹੀ ਇੱਕ ਸਿੱਖ ਧਰਮ ਕਰਕੇ ਠੀਕ ਆ ਹਨਾ ਇੱਕ ਸੈਕਟ ਜਿਹੜਾ ਆ ਰਾਈਟ ਉਹ ਖੜਾ ਕਰ ਦਿੱਤਾ ਗਿਆ ਠੀਕ ਠੀਕ ਆ ਤੇ ਉਹ ਜਿੱਥੋਂ ਵੀ ਹੋਇਆ ਆ ਰਾਈਟ ਵੀ ਹੁਣ ਧਰਮ ਦੇ ਲਈ ਜਿਹੜੇ ਪਹਿਲਾਂ ਸੀਗੇ ਐਗਜ਼ਿਸਟਡ ਜਦੋਂ ਤੁਸੀਂ ਕੁਛ ਨਵਾਂ ਕਰਨਾ ਰਾਈਟ ਉਹਦੇ ਨਾਲ ਹੀ ਕੰਪੇਅਰ ਕਰਕੇ ਤੁਸੀਂ ਕਰੋਗੇ ਬਿਲਕੁਲ ਹਨਾ ਠੀਕ ਆ ਜੇ ਅੱਜ ਹੁਣ ਤੁਸੀਂ ਦੇਖੋ ਜੇ ਕੋਈ ਬੰਦਾ ਕਹੇ ਵੀ ਗੁਰਦੁਆਰਾ ਲੱਗਾ ਨਵਾਂ ਬਣਨ ਰਾਈਟ ਹਨਾ ਤੇ ਉਹ ਕੀ ਕਰੇ ਭਈ ਇੱਦਾਂ ਦੋ ਦੋ ਫੁੱਟ ਉੱਚੀ ਕੰਧ ਠੀਕ ਇੱਟਾਂ ਦੀ ਹਨਾ ਠੀਕ ਹੈ ਦੋ ਏਕੜ ਜਗ੍ਹਾ ਦੇ ਦੁਆਲੇ ਸਾਰੇ ਬਾਰ ਬਾਰ ਕਰਕੇ ਹਨਾ ਤੇ ਉਹਦੇ ਉੱਤੇ ਤਾਰਾਂ ਦੀ ਕੰਡਿਆਲੀ ਜਿਹੜੀ ਕੰਡਿਆਲੀਆਂ ਤਾਰਾਂ ਆ ਉਹਦੀ ਫੈਂਸ ਲਾ ਕੇ ਠੀਕ ਹੈ ਹਨਾ ਤੇ ਵਿੱਚ ਤਾਜ਼ਾ ਘਾਹ ਬੀਜ ਕੇ ਸਾਰੇ ਦੇ ਵਿੱਚ ਠੀਕ ਹੈ ਹਨਾ ਤੇ ਗੱਬੇ ਬੜਾ ਸਾਰਾ ਟੂਆ ਪੱਟ ਕੇ ਉਹ ਤੇ ਪਾਣੀ ਪਾ ਦੇਵੇ ਇੱਦਾਂ ਹਨਾ ਤੇ ਕਹੇ ਵੀ ਗੁਰਦੁਆਰਾ ਬਣ ਗਿਆ ਇੱਦਾਂ ਹੱਸੂਗੇ ਨੇ ਦੁਨੀਆ ਬਿਲਕੁਲ ਬਿਲਕੁਲ ਹਨਾ ਕਿਉਂਕਿ ਗੁਰਦੁਆਰਾ ਸ਼ਬਦ ਜਿਹੜਾ ਆ ਉਹ ਜਿਹੜੇ ਬਣਿਓ ਆ ਰਾਈਟ ਉਹਦੇ ਨਾਲ ਹੀ ਉਹਦੇ ਸੰਦਰਭ ਚ ਹੀ ਦੇਖਿਆ ਜਾਣਾ ਡਿਫਾਈਨ ਆਲਰੇਡੀ ਹੋਇਆ ਆ ਹਾਂ ਠੀਕ ਹੈ ਹੁਣ ਉਹ ਸਾਡੀ ਕਮਜ਼ੋਰੀ ਨੇ ਸਾਡੀ ਹੀਣਤਾ ਨੇ ਸਾਡੇ ਆਗੂਆਂ ਦੀ ਨੇ ਵਿਦਵਾਨਾਂ ਦੀ ਹੀਣਤਾ ਨੇ ਸਾਨੂੰ ਇਸ ਰਾਹੀਂ ਤੋਰ ਦਿੱਤਾ ਠੀਕ ਹੈ ਉਹ ਹਿੰਦੂ ਆ ਉਹ ਮੁਸਲਮਾਨ ਆ ਅਸੀਂ ਉਹਨਾਂ ਕੋਲ ਗੀਤਾ ਆ ਉਹਨਾਂ ਕੋਲ ਕੁਰਾਨ ਆ ਸਾਡੇ ਕੋਲ ਉਹ ਗੀਤਾ ਦਾ ਅਖੰਡ ਪਾਠ ਕਰਦੇ ਆ ਉਹ ਕੁਰਾਨ ਦਾ ਪ੍ਰਚਾਰ ਕਰਦੇ ਅਸੀਂ ਕਾਹਦਾ ਕਰੀਏ ਠੀਕ ਹੈ ਉਹ ਭਜਨ ਗਾਉਂਦੇ ਆ ਉਹ ਕਵਾਲੀਆਂ ਗਾਉਂਦੇ ਅਸੀਂ ਕੀ ਗਾਈਏ ਰਾਈਟ ਠੀਕ ਹੈ ਉਹਨਾਂ ਦਾ ਕੇਸਰੀ ਰੰਗ ਉਹਨਾਂ ਦਾ ਨੀਲਾ ਸਾਡਾ ਠੀਕ ਹੈ ਹਾਂ ਬਿਲਕੁਲ ਠੀਕ ਹੈ ਉਹਦੇ ਜਾਣੀ ਉਹਦੇ ਸੰਦਰਭ ਵਿੱਚ ਹੀ ਵੀ ਇੱਕ ਗ੍ਰੰਥ ਇਸ ਰੰਗ ਦੇ ਕੱਪੜੇ ਵੀ ਉਹ ਆਹ ਕਰਦੇ ਆ ਵਾਹ ਕਰਦੇ ਆ ਅਸੀਂ ਆ ਉਹ ਨਮਾਜ਼ ਪੜ੍ਹਦੇ ਆ ਉਹ ਇੱਦਾਂ ਮੰਦਰ ਦੇ ਵਿੱਚ ਜਾ ਕੇ ਅਸੀਂ ਅਰਦਾਸ ਕਰਦੇ ਹਾਂ ਠੀਕ ਹੈ ਉਹ ਉਹ ਤੋਂ ਬਾਅਦ ਫੁੱਲੀਆਂ ਵਰਤਾਉਂਦੇ ਆ ਉਹ ਇੱਦਾਂ ਕਰਦੇ ਅਸੀਂ ਪ੍ਰਸ਼ਾਦ ਹਾਂ ਜਿੱਦਾਂ ਭਾਈ ਸਾਹਿਬ ਉਹ ਕਹਿੰਦੇ ਸੀਗੇ ਕਿ ਬਾਈ ਗੁਰੂ ਗ੍ਰੰਥ ਸਾਹਿਬ ਜਿੱਦਾਂ ਸਾਰਿਆਂ ਕੋਲੋਂ ਵਧੀਆ ਜਿੱਦਾਂ ਤੇ ਉਹਦੇ ਜਿਹੜੇ ਨਹੀਂ ਮੰਨਦੇ ਜਿਹੜੇ ਬਾਕੀ ਦੁਨੀਆ ਉੱਤੇ ਐਵੇਂ ਤੁਰੀ ਫਿਰਦੀ ਹੈ ਬਾਕੀ ਮਤਲਬ ਹੈਨਾ ਉਹਨਾਂ ਕੋਲ ਗ੍ਰੰਥ ਸੀਗਾ ਓਬਵੀਅਸਲੀ ਤੁਸੀਂ ਉਹਦੇ ਕੰਪੈਰੀਜ਼ਨ ਦੇਖ ਰਹੇ ਹੋ ਨਾ ਉਹਨਾਂ ਕੋਲ ਤੁਸੀਂ ਕਹਿ ਰਹੇ ਉਹਨਾਂ ਦਾ ਮਾੜਾ ਸੀਗਾ ਸਾਡਾ ਚੰਗਾ ਆ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਬਗੈਰ ਵੀ ਦੁਨੀਆ ਤੁਰੀ ਫਿਰਦੀ ਹੈ ਉਹ ਕਿੱਦਾਂ ਜਾਂ ਉਹ ਵਧੀਆ ਨਹੀਂ ਉਹ ਮਾੜੇ ਨੇ ਉਹ ਤਾਂ ਦੇਖੋ ਜਿਹੜੇ ਕੰਮ ਆ ਨਾ ਤੁਹਾਡੇ ਹਨਾ ਉਹਨੇ ਸਾਬਤ ਕਰਨਾ ਆ ਬਿਲਕੁਲ ਵੀ ਚੰਗਾ ਠੀਕ ਕੀ ਆ ਗਲਤ ਕੀ ਆ ਰਾਈਟ ਹਨਾ ਤੁਸੀਂ ਕੁਛ ਲੈ ਜਿਹੜੀ ਆਊਟਕਮ ਆ ਨਾ ਉਹਦੀ ਉਹਨੇ ਸਾਬਤ ਕਰਨਾ ਬਿਲਕੁਲ ਹਨਾ ਉਸ ਇੱਥੇ ਨਾ ਮੈਂ ਦੱਸਦਾ ਵੀ ਉਹ ਮੁੰਡਾ ਉਹਦੀ ਡੇਅਰੀ ਸ਼ਾਪ ਸੀ ਉਹਦੇ ਕੋਲ ਕੋਈ ਬੰਦਾ ਆਇਆ ਫੋਨ ਲੈ ਕੇ ਠੀਕ ਹੈ ਵੀ ਫੋਨ ਕਹਿੰਦਾ ਮੈਂ ਯਾਰ ਕਰ ਲਿਆ ਫੋਨ ਲਿਆ ਮੈਂ ਇੱਦਾਂ ਕਿਸੇ ਬੰਦੇ ਤੋਂ $200 ਦਾ ਠੀਕ ਹੈ ਤੇ ਉਹ ਮੈਂ ਚਾਰਜ ਕਰਦਾ ਸਾਰੀ ਰਾਤ ਚਾਰਜ ਹੁੰਦਾ ਰਿਹਾ ਵੀ ਇਹ ਹੁਣ ਹੀ ਨਹੀਂ ਹੁੰਦਾ ਇਹ ਹਨਾ ਉਹਨੂੰ ਫੜਿਆ ਤੇ ਉਹਨੂੰ ਰੱਖ ਕੇ ਏਦਾਂ ਬੱਟਾ ਮਾਰਿਆ ਉੱਤੇ ਜ਼ੋਰ ਨਾਲ ਤਾੜ ਚਾਰੇ ਠੀਕ ਹੈ ਉਹ ਕਰਕੇ ਉਹ ਤਿੰਨ ਚਾਰ ਟੁੱਟੇ ਵਿੱਚ ਉਹਦੇ ਕੁਛ ਵੀ ਨਾ ਪਹਿਲਾਂ ਤਾਂ ਪਿੱਟਿਆ ਕਹਿੰਦਾ ਕਿ ਭੰਨਿਆ ਕਿਉਂ ਆ ਕਹਿੰਦਾ ਦੇਖ ਲਾ ਵੀ ਡੰਮੀ ਜਿਹੜੇ ਉੱਥੇ ਦੁਕਾਨਾਂ ਤੇ ਬਾਹਰ ਪਏ ਹੁੰਦੇ ਆ ਹਾਂ ਠੀਕ ਹੈ ਕਿਸੇ ਨੇ ਤਾਰ ਤੂਰ ਕੱਟੀ ਉਹਦੀ ਚੋਰੀ ਕਰਕੇ ਲੈ ਆਂਦਾ ਹਨਾ ਲਿਆ ਕੇ ਪੰਜ ਸੱਤ ਇਕੱਠੇ ਹੋਣੇ ਉਹਦੇ ਕੋਲ ਤੈਨੂੰ ਆ ਕੇ ਝੋਲਾ ਦਿਖਾ ਲਿਆ ਹੋਣਾ ਜਿਹੜਾ ਮਰਜ਼ੀ ਪਸੰਦ ਕਰਨਾ ਹਨਾ ਵੀ ਤੂੰ ਦੇਖਿਆ ਵੀ ਹਾਂ ਜਿਹੜਾ $1500 ਦਾ ਫੋਨ ਆ $200 ਦਾ ਮਿਲਦਾ ਦੇਖਣ ਨੂੰ ਤਾਂ ਬਾਹਰੋਂ ਰੰਗ ਢੰਗ ਸਾਰਾ ਉਹੋ ਜਿਹਾ ਸੀ ਠੀਕ ਹੈ ਵੀ ਉਹ ਤੂੰ ਲੈ ਲਿਆ ਚੱਕ ਲਿਆ ਕਈ ਵਾਰੀ ਇੱਦਾਂ ਹੁੰਦੀ ਆ ਠੀਕ ਹੈ ਸਾਡੇ ਨਾਲ ਠੀਕ ਹੈ ਵੀ ਉਹ ਕਿਤੇ ਨੇ ਜਾਣੀ ਇਹ ਜਾਂ ਤਾਂ ਕਿਸੇ ਨੇ ਉਹ ਜਿਹੜਾ ਗੁਰੂ ਸਾਹਿਬ ਤੋਂ ਬਦਲਾ ਲੈਣਾ ਚਾਹੁੰਦਾ ਸੀ ਔਰ ਜਾਣਦਾ ਸੀ ਸਾਰਾ ਕੁਛ ਠੀਕ ਹੈ ਉਹਨੇ ਇਹ ਸਾਰਾ ਢਾਂਚਾ ਜਿਹੜਾ ਸਾਨੂੰ ਦਿੱਤਾ ਠੀਕ ਹੈ ਇਹ ਹੋ ਸਕਦਾ ਓਵਰਨਾਈਟ ਨਾ ਹੋਇਆ ਹੋਵੇ 100-150 ਸਾਲ ਲੱਗਾ ਹੋਵੇ ਇਹਨੂੰ ਠੀਕ ਹੈ ਹੁੰਦੇ ਨੂੰ ਹੁਣ ਅਸੀਂ ਉਹ ਸਿੱਧਾ ਅੰਗਰੇਜ਼ਾਂ ਨਾਲ ਜੋੜੀ ਜਾਂਦੇ ਹਾਂ ਅੰਗਰੇਜ਼ਾਂ ਦੇ ਆਉਣ ਤੱਕ ਗੁਰਦੁਆਰੇ ਬਣ ਚੁੱਕੇ ਆ ਸਾਡੇ ਰਾਈਟ ਠੀਕ ਹੈ ਗੁਰਦੁਆਰਿਆਂ ਦੇ ਅੰਦਰ ਦਾ ਈਵਨ ਵੱਡੀਆਂ ਵੱਡੀਆਂ ਜਿਹੜੇ ਵੱਡੀਆਂ ਵੱਡੇ ਵੱਡੇ ਇਤਿਹਾਸਕ ਸਥਾਨ ਜਿਨ੍ਹਾਂ ਨੂੰ ਕਹਿੰਦੇ ਹਜ਼ੂਰ ਸਾਹਿਬ ਪਟਨਾ ਸਾਹਿਬ ਦਿੱਲੀ ਉੱਥੇ ਸਾਰੀ ਜਗ੍ਹਾ ਵੱਡੇ ਵੱਡੇ ਗੁਰਦੁਆਰੇ ਬਣ ਚੁੱਕੇ ਆ ਰਾਈਟ ਹਨਾ ਪੁਜਾਰੀ ਬੈਠ ਚੁੱਕੇ ਆ ਠੀਕ ਹੈ ਹਨਾ ਜਿਹੜਾ ਅੱਜ ਸਿਸਟਮ ਜਿੱਦਾਂ ਦਾ ਮੰਦਰ ਚ ਉਹ
ਜੋ ਮੂਰਤੀ ਦੇ ਨਾਲ ਕਰ ਰਹੇ ਆ ਉਹ ਕੁਛ ਗੁਰਦੁਆਰੇ ਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਰਨਾ ਸ਼ੁਰੂ ਹੋ ਚੁੱਕਾ ਆ। ਠੀਕ ਆ ਵੀ ਲੰਗਰ ਇਹੋ ਜਿਹੀਆਂ ਜਿਹੜੇ ਗ੍ਰੰਥ ਆ ਉਹ ਹੁਣ ਸੂਰਜ ਪ੍ਰਕਾਸ਼ ਜਿਹੜਾ ਆ ਉਹ 1843 ਚ ਲਿਖ ਦਿੱਤਾ ਗਿਆ 48 ਦੇ ਵਿੱਚ ਕਹਿੰਦੇ ਕੰਪਲੀਟ ਹੋ ਗਿਆ ਅੰਗਰੇਜ਼ ਬਾਅਦ ਵਿੱਚ ਆਏ ਆ ਇੱਦਾਂ ਉਹ ਜਾਣੀ ਜਾਂ ਤਾਂ ਕੋਈ 100-150 ਸਾਲ ਦੀ ਮਿਹਨਤ ਤੋਂ ਬਾਅਦ ਜਿਹੜਾ ਗੁਰੂ ਤੋਂ ਬਦਲਾ ਲੈਣਾ ਚਾਹੁੰਦਾ ਹੈ ਉਹਨੇ ਲੰਬੀ ਮਿਹਨਤ ਤੋਂ ਬਾਅਦ ਇਹ ਬਾਲੇ ਵਾਲੀ ਜਨਮ ਸਾਖੀ ਕਿਹਾ ਸੂਰਜ ਪ੍ਰਕਾਸ਼ ਕਿਹਾ ਰਹਿਤਨਾਮੇ ਕਿਹਾ ਦਸਮ ਗ੍ਰੰਥ ਕਿਹਾ ਹਨਾ ਉਹ ਸਾਰੇ ਕਰਾ ਕੇ ਤੇ ਇੱਦਾਂ ਉੱਦਾਂ ਦਾ ਸਿਸਟਮ ਖੜਾ ਕਰ ਦਿੱਤਾ। ਠੀਕ ਆ ਵੀ ਜਦੋਂ ਜਿਹੜਾ ਜਿਹੜਾ ਆ ਗੁਰੂ ਮਾਨਿਓ ਗ੍ਰੰਥ ਹੋ ਜਾਊਗਾ ਹਨਾ ਉਹਦੇ ਕਨਫਿਊਜ਼ਨ ਹੁਣ ਇੱਕ ਬੱਚਾ ਨਹੀਂ ਸੀਗਾ ਉਹ ਸੂਰਜ ਪ੍ਰਕਾਸ਼ ਨੂੰ ਵੀ ਪੰਥ ਪ੍ਰਕਾਸ਼ ਨੂੰ ਵੀ ਜਿੰਨੇ ਦਸਮ ਗ੍ਰੰਥ ਨੂੰ ਵੀ ਸਾਰੇ ਨੂੰ ਕਹਿ ਰਿਹਾ ਵੀ ਜਿਹੜਾ ਗ੍ਰੰਥ ਆ ਜਿਹੜੇ ਸਾਡੇ ਲਈ ਬਹੁਤ ਸਤਿਕਾਰ ਚ ਹੋ ਗਏ ਇਹਨਾਂ ਨੂੰ ਗਲਤ ਨਾ ਕਹੋ। ਠੀਕ ਆ ਵੀ ਉਹ ਜਾਂ ਜਾਣੀ ਅਸੀਂ ਕਹੀਏ ਵੀ ਸਾਡੇ ਵਿਦਵਾਨ ਜਿਹੜੇ ਆਪਣੇ ਸੀ ਸਾਡੇ ਕਿਸੇ ਟਾਈਮ ਦੇ ਆਗੂ ਸੀ ਸਾਡੇ ਉਹਨਾਂ ਨੂੰ ਇਸ ਗੱਲੋਂ ਕਨਫਿਊਜ਼ਨ ਵੀ ਹੋ ਗਈ ਹੀਣਤਾ ਵੀ ਹੋ ਗਈ ਹਨਾ ਵੀ ਉਹਨਾਂ ਦੇ ਕੋਲ ਸਾਰਾ ਕੁਛ ਹੈਗਾ ਸਾਡੇ ਕੋਲ ਕੀ ਆ ਉਹ ਇਸ ਰਾਹੀਂ ਸਮਝੌਤੇ ਪੈਮਾਨਾ ਪੈਮਾਨਾ ਮਿੱਥ ਲਿਆ ਨਾ ਹੁਣ ਪੈਮਾਨਾ ਚੇਂਜ ਕਰਨ ਦੀ ਕੌਣ ਹਿੰਮਤ ਕਰੂਗਾ ਯਾ ਉਹ ਪ੍ਰੋਬਲਮ ਹੈ ਨਾ। ਹਾਂ 108 ਦੇ ਉੱਤੇ ਤੁਸੀਂ ਆਉਣੇ ਰੋ ਜੀ। ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਤੁਸੀਂ ਆਉਣੇ ਰੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਮੈਂ ਜੀ ਯੂਰਪ ਤੋਂ ਬੋਲਦਾ ਜੀ ਸਰਦਾਰ ਰਾਜਵਿੰਦਰ ਸਿੰਘ ਸੰਧੂ ਜੀ। ਹਾਂਜੀ ਮੇਰਾ ਜੀ ਛੋਟਾ ਜਿਹਾ ਸਵਾਲ ਹੈ ਤੁਹਾਡੇ ਨਾਲ। ਹਾਂਜੀ ਓਦਾਂ ਜੀ ਉਮਰ ਤੋਂ ਮੈਂ ਬਹੁਤ ਛੋਟਾ ਤੁਹਾਡੇ ਤੋਂ ਜੀ ਤੁਸੀਂ ਮੇਰੇ ਵਾਸਤੇ ਬਹੁਤ ਵੱਡੇ ਉਮਰ ਦੇ ਬਜ਼ੁਰਗ ਹੋ ਜੀ। ਨਾ 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 ਸਵਾਲ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਸਵਾਲ ਸੁਣੋ ਪਹਿਲਾਂ ਮੇਰਾ। ਮੈਂ ਜਰਨੈਲ ਭਿੰਡਰਾਂਵਾਲੇ ਬਾਰੇ ਗੱਲ ਕਰਨਾ ਚਾਹੁੰਦਾ ਆ। ਮੈਨੂੰ ਪਤਾ ਨੀ ਵੀ ਮੈਂ ਪੜ੍ਹੀ ਲਿਖੀ ਗੱਲ ਸੁਣੀ ਆ ਮਤਲਬ ਦੇਖਿਆ ਮੈਂ ਉਸ ਉਮਰ ਚ ਨਹੀਂ ਸੀਗਾ ਇਸ ਵੇਲੇ ਮੈਂ ਸਿਰਫ ਇੰਨਾ ਜਾਣਨਾ ਚਾਹੁੰਦਾ ਵਾ ਨਾ ਇੰਦਰਾ ਗਾਂਧੀ ਦੇ ਰੋਲੇ ਦਾ ਪਤਾ ਨਾ ਮੈਨੂੰ ਭਿੰਡਰਾਂਵਾਲੇ ਦੇ ਰੋਲੇ ਦਾ ਪਤਾ ਆ। ਮੈਨੂੰ ਸਿਰਫ ਇੰਨਾ ਜਾਣਨਾ ਤੁਹਾਡੇ ਕੋਲੋਂ ਵੀ ਜਦੋਂ ਖਾਲਿਸਤਾਨ ਕੋਈ ਏਡਾ ਵੱਡਾ ਮੁੱਦਾ ਨੀ ਸੀ ਖਾਲਿਸਤਾਨ ਵਾਸਤੇ ਬਣਨਾ ਜ਼ਰੂਰੀ ਵੀ ਨਹੀਂ ਸੀਗਾ ਚਾਹੀਦਾ ਵੀ ਨਹੀਂ ਸੀਗਾ ਮੁਲਖ ਮੁਲਖ ਹੀ ਆ ਤੇ ਜੇ ਭਿੰਡਰਾਂਵਾਲੇ ਕੋਲ ਜੇ ਇੰਨੀ ਪਾਵਰ ਸੀਗੀ ਜੇ ਇੰਨਾ ਤਗੜਾ ਸੀ ਸਿਆਸਤ ਨਾਲ ਕਿਸੇ ਚੀਜ਼ ਨਾਲ ਚਲਾ ਸਲਾਹ ਰੱਖਿਆ ਸੀ ਜੇ ਹਰਾਉਣਾ ਹੀ ਚਾਹੁੰਦਾ ਸੀ ਤੇ ਸਰਕਾਰ ਬਣਾ ਕੇ ਹਰਾਉਂਦਾ ਇੰਦਰਾ ਗਾਂਧੀ ਨੂੰ ਤੇ ਜੇ ਇੰਦਰਾ ਗਾਂਧੀ ਟੈਂਕ ਲੈ ਕੇ ਆਈ ਸੀ ਜੇ ਇੰਨਾ ਹੀ ਪਾਵਰਫੁਲ ਸੀਗਾ ਤੇ ਬਾਹਰ ਨਿਕਲ ਕੇ ਉਹਦੇ ਨਾਲ ਗੱਲ ਕਰਦਾ ਗੱਲ ਕਰਨ ਨਾਲ ਗੱਲ ਮੁੱਕਦੀ ਹੈ ਅੰਦਰ ਵੜ ਕੇ ਲੁਕ ਕੇ ਗੱਲ ਨੀ ਮੁੱਕਦੀ ਹੈ ਇਹ ਸੱਚਾਈ ਹੈ। ਨਹੀਂ ਮਤਲਬ ਇਹ ਇਹ ਸਵਾਲ ਜਿਹੜਾ ਤੁਸੀਂ ਸਵਾਲ ਕੀਤਾ ਇਹ ਤਾਂ ਸਵਾਲ ਟਕਸਾਲੀਆਂ ਲਈ ਕਰਨਾ ਬਣਦਾ ਸਾਡੇ ਲਈ ਅਸੀਂ ਤਾਂ ਕੁਛ ਕਦੇ ਕਹਿੰਦੇ ਹੀ ਨਹੀਂ ਉਹਨੂੰ ਪਿੰਡਰਾਣੀ ਨੂੰ ਪਿਉ ਠੀਕ ਕੀਤਾ। ਮੈਂ ਤੁਹਾਡੀ ਗੱਲ ਚ ਸਹਿਮਤ ਆ ਬੇਕਸੂਰਾਂ ਨੂੰ ਮਾਰ ਕੇ ਕੀ ਹਾਸਲ ਹੋਇਆ। ਨਹੀਂ ਨਹੀਂ ਅਸੀਂ ਮੈਂ ਫਿਰ ਉਹੀ ਕਹਿੰਦਾ ਨਾ ਇਹ ਸਾਡੇ ਲਈ ਨੀ ਨਾ ਸਵਾਲ ਬਣਦਾ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਨੀ ਇਹਨੂੰ ਇਹਦੇ ਬਾਰੇ ਕੁਛ ਵੀ ਬਿਲਕੁਲ ਇਹੀ ਪੁਆਇੰਟ ਮੈਂ ਤੁਹਾਡੇ ਕੋਲ ਚਾਹੁੰਦਾ ਆ ਇਹੀ ਪੁਆਇੰਟ ਸੁਣਨਾ ਚਾਹੁੰਦਾ ਸੀ ਮੈਂ। ਆਪਾਂ ਨੂੰ ਨੀ ਪਤਾ ਕਿਹੜਾ ਇਨਸਾਨ ਸਹੀ ਆ ਕਿਹੜਾ ਇਨਸਾਨ ਗਲਤ ਆ ਆਪਾਂ ਦੇਖੀ ਔਰ ਸੁਣੀ ਗੱਲ ਨੂੰ ਜਾਣਦੇ ਆ ਠੀਕ ਆ ਪਰ ਜਿੱਥੋਂ ਤੱਕ ਸਾਡਾ ਮਾਇੰਡ ਆ ਸਾਡਾ ਬ੍ਰੇਨ ਜਿੰਨਾ ਕੰਮ ਕਰਦਾ ਸਾਡਾ ਦਿਮਾਗ ਆਪਣਾ ਵੀ ਤੁਸੀਂ ਵੱਡੇ ਹੋ ਮੈਂ ਛੋਟਾ ਆ ਚਲੋ ਵੱਡਾ ਵੀ ਹੋਵਾਂ ਛੋਟਾ ਵੀ ਵੇਖਿਆ ਨੀ ਮੈਨੂੰ ਵੀਡੀਓ ਕਾਲ ਤੇ ਪਰ ਆਪਣਾ ਇੰਨਾ ਦਿਮਾਗ ਕੰਮ ਕਰਦਾ ਆ ਵੀ ਆਪਾਂ ਕਿਸੇ ਗੱਲ ਨਾਲ ਕਿਸੇ ਨਾਲ ਮਸਲੇ ਨਾਲ ਜਿਹੜੀ ਕੋਈ ਵੀ ਗੱਲ ਹੋਵੇ ਆਪਾਂ ਗੱਲ ਕਰਕੇ ਉਹਨੂੰ ਸੋਲੂਸ਼ਨ ਕਰ ਦਿੰਦੇ ਜੇ ਹਰਾਉਣਾ ਸੀ ਸਰ ਪੰਜਾਬ ਦੀ ਪਾਰਟੀ ਜੇ ਖੜ ਜਾਂਦਾ ਹਰਾ ਲੈਂਦਾ ਕਦੀ ਨਾ ਕਦੀ ਇੰਦਰਾ ਗਾਂਧੀ ਹਾਰ ਜਾਂਦੀ ਨਹੀਂ ਨਹੀਂ ਖਾਲਿਸਤਾਨ ਨਹੀਂ ਬਣਾਉਣਾ ਸੀ ਪੰਜਾਬੀਆਂ ਵਾਸਤੇ ਕੁਛ ਵੀ ਬਣਾ ਸਕਦਾ ਸੀਗਾ ਉਦੋਂ ਤਾਂ ਖਾਲਿਸਤਾਨ ਗੱਲਾਂ ਕਰਦੇ ਨੇ ਲੋਕ ਗੱਲਾਂ ਪਹਿਲਾਂ ਮੇਰੀ ਸੁਣੋ ਮੇਰੀ ਗੱਲ ਸੁਣੋ ਬਜ਼ੁਰਗੋ ਲੋਕ ਗੱਲਾਂ ਕਰਦੇ ਨੇ ਨਸ਼ੇ ਦੀਆਂ ਪੰਜਾਬ ਚ ਨਸ਼ਾ ਕਿੱਥੇ ਨੀ ਹੈਗਾ ਕਿਹੜਾ ਮੁਲਕ ਹੈ ਮੈਂ ਵੀ ਬਾਹਰ ਯੂਰਪ ਚ ਦੁਨੀਆ ਦਾ ਕੋਈ ਐਸਾ ਮੁਲਕ ਨਹੀਂ ਹੈਗਾ ਵੀਰਾ ਉਹਨੇ ਨਸ਼ੇ ਦਾ ਕੋਈ ਰੌਲਾ ਨਹੀਂ ਭਿੰਡਰਾਂਵਾਲੇ ਨੇ ਕੋਈ ਨੀ ਕੁਛ ਨੀ ਕਿਹਾ ਵੀ ਨਸ਼ਾ ਗੱਲ ਮੈਂ ਭਿੰਡਰਾਂਵਾਲੇ ਦੀ ਨਹੀਂ ਕਰਦਾ ਨਸ਼ੇ ਦੀ ਗੱਲ ਕਰਦਾ ਅੱਜ ਦੀਆਂ ਸਰਕਾਰਾਂ ਗੱਲ ਕਰਦੀਆਂ ਲੋਕ ਅੱਜ ਦਾ ਯੂਥ ਗੱਲ ਕਰਦਾ ਆ ਨਸ਼ੇ ਦੀ ਗੱਲ ਕਰਦਾ ਅੱਜ ਦੀ ਗੱਲ ਉਹ ਨਸ਼ਾ ਤਾਂ ਕੋਈ ਵੀ ਮੁੱਦਾ ਨੀ ਵੱਡਾ ਨਸ਼ਾ ਕੌਣ ਨੀ ਕਰਦਾ ਨਸ਼ਾ ਜਿਹੜਾ ਆ ਕੋਈ ਵੀ ਕਰ ਲੈਂਦਾ ਆ ਨਸ਼ਾ ਉਹਦੇ ਕੋਲ ਚੋਇਸ ਹੁੰਦੀ ਨਸ਼ਾ ਕਰਨ ਲਈ ਕੋਈ ਧੱਕੇ ਨਾਲ ਨੀ ਕਿਸੇ ਨੂੰ ਨਸ਼ਾ ਕਰਾਉਂਦਾ ਉਹਦੇ ਕੋਲ ਚੋਇਸ ਹੁੰਦੀ ਆਪਣੇ ਪੈਸੇ ਨਾਲ ਖਰੀਦਾ ਜਾਂ ਚੋਰੀ ਨਾਲ ਕਿਸੇ ਨਾਲ ਤਰੀਕੇ ਨਾਲ ਉਹਦੇ ਕੋਲ ਚੋਇਸ ਹੁੰਦੀ ਆ ਹੁੰਦੀ ਹੈ ਨਾ ਚੋਇਸ ਉਹਦੇ ਕੋਲ ਅੱਜ ਇੱਕ ਲਾਂਘਾ ਖੁੱਲਿਆ ਜੀ ਕਰਤਾਰਪੁਰ ਵਾਲਾ ਲਾਂਘਾ ਖੁੱਲਿਆ ਮੈਂ ਉਹਦੇ ਬਾਰੇ ਸਵਾਲ ਕਰਨਾ ਚਾਹੁੰਦਾ ਆ ਕੀ ਕਰੋ ਲਾਂਘਾ ਸਹੀ ਹੈ ਤੁਸੀਂ ਦੱਸ ਸਕਦੇ ਤੁਸੀਂ ਵੱਡੇ ਹੋ ਅਸੀਂ ਤਾਂ ਗੱਲੇ ਨੀ ਕਰਦੇ ਭਰਾਵਾ ਉਹਦੇ ਲਈ ਅਸੀਂ ਉੱਥੇ ਟਕਾ ਨੂੰ ਟਾਈਮ ਵੇਸਟ ਕਰੀਏ ਗਲਤ ਠੀਕ ਉਹਨੂੰ ਕਹਿ ਕੇ ਐਵੇਂ ਲੱਗੇ ਰਹੀਏ ਉਹਦੇ ਦੁਆਲੇ
ਸਾਡੇ ਲਈ ਤਾਂ ਮੈਟਰ ਹੀ ਨਹੀਂ ਹੈਗਾ ਉਹ। ਪਰ ਮੈਂ ਉਸਦੇ ਅੰਗੇਸਟ ਆ, ਮੈਂ ਉਹਦੇ ਸਹੀ ਨੀ ਸਮਝਦਾ ਵੀ ਉਹ ਲਾਂਘਾ ਖੁੱਲਿਆ। ਅੱਜ ਉਹ ਲਾਂਘਾ ਜਿਹੜਾ ਖੁੱਲਿਆ ਪਾਕਿਸਤਾਨ ਵੱਲ ਨੂੰ, ਉਹ ਪਾਕਿਸਤਾਨ ਵੱਲ ਨੂੰ ਖੁੱਲਿਆ ਨੀ, ਉਹ ਤਬਾਹੀਆਂ ਮਚਾਊਗਾ ਇੱਕ ਦਿਨ ਜ਼ਰੂਰ। ਨਹੀਂ ਨਹੀਂ ਉਹ ਨਹੀਂ ਵੀਰਾ, ਸਾਡਾ ਨਹੀਂ ਉਹ ਮਸਲਾ ਉਹਦੇ ਨਾਲ ਹੈਗਾ। ਇੱਦਾਂ ਪਤਾ ਨਹੀਂ ਹੁਣ ਉਹਨੂੰ ਠੀਕ ਕਹਿਣਾ ਤਾਂ ਕਿੱਦਾਂ ਕਹਿਣਾ, ਗਲਤ ਕਹਿਣਾ ਤਾਂ ਕਿਸ ਬੁਨਿਆਦ ਤੇ ਕਹਿਣਾ ਜਾਣੀ। ਨਹੀਂ ਤੁਸੀਂ ਦੱਸੋ, ਥੋੜਾ ਚਿਰ ਹੀ ਹੋਇਆ, ਵਿਚਾਰਾ ਟਾਈਮ ਨਹੀਂ ਹੋਇਆ, ਜਿਹੜੀ ਆਪਣੇ ਮੁਲਕ ਚੋਂ ਇੰਡੀਆ ਤੋਂ ਜਿਹੜੀ ਜਨਾਨੀ ਚੱਲ ਗਈ ਸੀ ਨਨਕਾਣਾ ਸਾਹਿਬ ਨੂੰ, ਨਗਰ ਆਪਣਾ ਨਨਕਾਣਾ ਸਾਹਿਬ ਨੂੰ ਜੱਥੇ ਨੂੰ ਗਈ ਸੀ, ਉਹ ਨਹੀਂ ਮੁੜੀ ਨਹੀਂ, ਉੱਥੇ ਜਾ ਕੇ ਵਿਆਹ ਕਰਾ ਲਿਆ। ਸਾਡਾ ਉਹ ਮਸਲਾ ਨਹੀਂ, ਸਰਕਾਰ ਜਿਹੜੀ ਸਾਡੇ ਮੁਲਕ ਦੀ ਸਰਕਾਰ ਚ ਦਮ ਨਹੀਂ ਸੀ, ਜਦੋਂ ਕਹਿਣਾ ਨਹੀਂ ਚਾਹੁੰਦਾ ਕੋਈ ਵੱਡ ਵੀਰਾ ਮੇਰੇ, ਉਹਦੇ ਦਮ ਨਹੀਂ ਸੀ ਵੀ ਉਹ ਜਨਾਨੀ ਨੂੰ ਇੱਥੇ ਲਿਆ ਸਕਣ ਆਪਣੇ ਮੁਲਕ ਨੂੰ ਵਾਪਸ। ਰਹਿਣ ਦੇ ਵੀਰਾ, ਰਹਿਣ ਦੇ, ਸਾਡਾ ਉਹ ਮਸਲਾ ਨਹੀਂ ਹੈਗਾ, ਇਹ ਗੱਲਾਂ ਨਹੀਂ, ਹੱਕ ਆ ਸਾਰਿਆਂ ਨੂੰ ਜਾਣੇ ਦਾ। ਮੰਨਦਾ ਆਪਾਂ ਕਿਸੇ ਨੂੰ ਗਲਤ ਨੀ ਬੋਲ ਸਕਦੇ ਇਸ ਤਰੀਕੇ ਨਾਲ। ਭਰਾਵਾ ਰਹਿਣ ਦੇ, ਤੂੰ ਕਾਹਨੂੰ ਮਹਿਮੀ ਜਾਣੀ ਹੁਣ ਇੱਥੇ, ਤੈਨੂੰ ਬੁਖਾਰ ਚੜਿਆ ਆ ਉਹ ਰਾਸ਼ਟਰਵਾਦ ਦਾ, ਹੁਣ ਤੂੰ ਉੱਥੇ ਇੱਦਾਂ ਹੋ ਗਿਆ, ਆਹ ਹੋ ਗਿਆ, ਠੀਕ ਆ। ਮੈਨੂੰ ਨੀ ਪਤਾ ਕੀ ਇਸ਼ੂ ਆ ਜਾਣੀ, ਕੋਈ ਬੱਚੀ ਜਾ ਕੇ ਵਿਆਹ ਕਰਾਉਣਾ ਚਾਹੁੰਦੀ ਤਾਂ ਤੁਸੀਂ ਕਾਹਤੇ ਉਹਨੂੰ ਬਣਾਇਆ ਆ, ਤੁਹਾਡੀ ਇੱਦਾਂ ਜ਼ਰੂਰੀ ਥੋੜੋ ਆ, ਤੁਹਾਡੀ ਗੱਲ ਸੁਣ ਲੈਣੀ ਆ ਕਿਸੇ ਨੇ ਜਾਣੀ, ਠੀਕ ਆ। ਤੁਸੀਂ ਉਹ ਆਪਣੇ ਨਾਲੇ ਆਪਣੇ ਇਸ਼ੂ ਨੂੰ ਲਿਆ ਕੇ ਤੁਸੀਂ ਕੌਮੀ ਇਸ਼ੂ ਨਾ ਨਾ ਬਣਾਓ, ਇਹੀ ਤਾਂ ਪ੍ਰੋਬਲਮ ਭਿੰਡਰਾਂ ਵਾਲੀ ਦੀ ਬਣੀ ਹੈ। ਬਿਲਕੁਲ, ਆਪਣੀ ਈਗੋ ਨੂੰ, ਹੰਕਾਰ ਨੂੰ ਆਪਣੀ ਨੂੰ, ਠੀਕ ਆ, ਉਹਨੂੰ ਜਦੋਂ ਪੱਠੇ ਪੈਂਦੇ ਆ ਚੰਗਾ ਤਾਂ ਲੱਗਦਾ ਆ, ਠੀਕ ਆ। ਔਰ ਵੈਸੇ ਵੀ ਨਾ ਦੋਏ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੀ ਈਗੋ ਨੂੰ ਬੂਸਟ ਕਰਦੀਆਂ ਆ ਜਾਣੀ, ਠੀਕ ਠੀਕ ਆ। ਇੱਕ ਔਰਤ, ਠੀਕ ਆ, ਤੇ ਦੂਜੇ ਹਥਿਆਰ, ਠੀਕ ਆ, ਠੀਕ ਆ, ਵੀ ਖਾਸ ਕਰਕੇ ਮੇਲ ਈਗੋ ਨੂੰ। ਰਾਈਟ, ਹੁਣ ਜਦੋਂ ਤੁਸੀਂ ਮੇਲ ਦੀ ਤਾਂ ਫੀਮੇਲ ਦੀ, ਔਰਤ ਤੇ ਮਰਦ ਦੀ ਗੱਲ ਕਰਨੀ ਨਾ ਸਾਈਕੀ ਦੀ, ਹਨਾ, ਉਹਦੇ ਚ ਬਹੁਤ ਕੁਛ ਆ ਜਿਹੜਾ ਸਮਝਣੇ ਵਾਲਾ ਆ। ਰਾਈਟ, ਜੇ ਤੁਸੀਂ ਉਹਨਾਂ ਨੂੰ ਸਮਝਦੇ ਆ ਫਿਰ ਤੁਸੀਂ ਡੀਲ ਕਰ ਸਕਦੇ, ਠੀਕ ਹੈ ਨਾ। ਹੁਣ ਅਸੀਂ ਕਈ ਵਾਰੀ ਜਦੋਂ ਸਮੱਸਿਆ ਨੂੰ ਹੱਲ ਕਰਦੇ ਹਾਂ ਉਦੋਂ ਦੇਖਦੇ ਇੱਦਾਂ ਆ ਵੀ ਜਿਹੜੀ ਆਪਣੇ ਹਿਸਾਬ ਨਾਲ ਜਿੱਥੇ ਅਸੀਂ ਖੜੇ ਹਾਂ, ਠੀਕ ਹੈ, ਜੇ ਕੋਈ ਔਰਤ ਸਮੱਸਿਆ ਨੂੰ ਸਾਡੇ ਔਰਤ ਡਿਸਕਸ਼ਨ ਕਰਦੀ ਹੈ ਕਿਸੇ ਬਾਰੇ, ਉਹ ਆਪਣੇ ਹਿਸਾਬ ਨਾਲ ਦੇਖਦੀ ਆ। ਜਦੋਂ ਬੰਦਾ ਬੱਚਿਆਂ ਨੂੰ, ਕੁੜੀ ਨੂੰ, ਆਪਣੀ ਨੂੰ, ਲੜਕੀ ਨੂੰ ਕੰਟਰੋਲ ਕਰਦਾ ਆ, ਠੀਕ ਹੈ, ਤੇ ਉਹ ਆਪਣੇ ਹਿਸਾਬ ਨਾਲ ਦੇਖਦਾ ਆ। ਬਿਲਕੁਲ ਬਿਲਕੁਲ, ਠੀਕ ਆ। ਜਦਕਿ ਦੇਖਣਾ ਇਹ ਬਣਦਾ ਵੀ ਉਹ ਉਹ ਜਿਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਉਹਦੀ ਸੋਚ ਕਿਹੋ ਜਿਹੀ ਆ, ਉਹ ਕਿੱਦਾਂ ਦੇਖ ਰਿਹਾ, ਉਹਦਾ ਬ੍ਰੇਨ ਕਿੱਦਾਂ ਕੰਮ ਕਰਦਾ, ਉਹ ਘਟਨਾ ਨੂੰ ਕਿੱਦਾਂ ਦੇਖਦਾ, ਠੀਕ ਆ। ਵਟਸਐਪ ਤੇ ਸਾਡੇ ਦਾ ਇੱਕ ਸਰੋਤੇ ਆ, ਤੁਸੀਂ ਆਉਂਦੇ ਰਹੋ ਜੀ। ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ, ਉਹ ਜੋ ਨਿਊਜ਼ੀਲੈਂਡ ਤੋਂ ਕਾਲਰ ਆਏ ਸੀ ਉਹ ਵਿੱਚ ਕਰ ਰਹੇ, ਮੈਂ ਉਹਦੇ ਥੋੜੀ ਜਿਹੀ ਇੱਕ ਗੱਲ ਕਰਨਾ ਚਾਹੁੰਦਾ, ਐਡ ਕਰਨਾ ਚਾਹੁੰਦਾ ਸੀ। ਤੁਸੀਂ ਵੀ ਜਿੱਦਾਂ ਕਿ ਇਹ ਤਾਂ ਚਲੋ ਟਕਸਾਲ ਝੂਠ ਹੀ ਮਾਰ ਰਹੇ ਹਾਂ ਵੀ ਲੱਖਾਂ ਦਾ ਇਕੱਠ ਹੋਇਆ ਅਨੰਦਪੁਰ ਸਾਹਿਬ, ਚਲੋ ਆਪਾਂ ਜੇ ਇੱਕ ਵਾਸਤੇ ਮੰਨੀਏ, ਚਲੋ ਵੀ ਹਜ਼ਾਰਾਂ ਦਾ ਮੰਨ ਲਈ, ਦਸ ਹਜ਼ਾਰ ਦਾ ਮੰਨ ਲਈਏ, ਵੀ ਦਸ ਹਜ਼ਾਰ ਪੰਦਰਾਂ ਹਜ਼ਾਰ ਦਾ ਇਕੱਠ ਜੋ ਉਸ ਟਾਈਮ ਚਲੋ ਵੀ ਸਿੱਖ ਸੋਚ ਵੀ ਆਪਣੀ ਵੀ ਗਾਂਹ ਵਧੀ। ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਚਲੇ ਗਏ, ਉਸ ਤੋਂ ਬਾਅਦ ਜਿੱਦਾਂ ਕਿ ਘੱਲੂਘਾਰੇ ਹੋਏ ਛੋਟਾ ਤੇ ਵੱਡਾ ਹੀ, ਜਾਣੀ ਕਿ ਜੋ ਮੈਂ ਸੋਚਦਾ ਹੀ ਵੀ ਉਹ ਜੋ ਸੋਚ ਘੱਲੂਘਾਰੇ ਵਿੱਚ ਵੀ ਜੋ ਸਿੱਖ ਵੀ ਉਹ ਸੋਚ ਦੇ ਨਾਲ ਵੀ ਮੰਨਦੇ ਸੀ ਜਿੱਦਾਂ ਕਿ ਗੁਰੂ ਸਾਹਿਬ ਉਹਨਾਂ ਨੂੰ ਦੇਖ ਗਏ ਸੀ, ਉਹ ਸੋਚ ਵੀ ਉੱਥੇ ਖਤਮ ਹੋ ਗਈ ਜਿੱਦਾਂ ਉਹਨਾਂ ਦੀ ਵੀ ਡੈਥ ਹੋ ਗਈ, ਕਿਉਂਕਿ ਬਹੁਤ ਜ਼ਿਆਦਾ ਸਿੱਖ ਤਾਂ ਵੀ ਉੱਥੇ ਵੀ ਡੈਥ ਹੋ ਗਈ ਸੀ ਜਿੱਦਾਂ ਕਿ ਉੱਥੇ ਘੱਲੂਘਾਰੇ ਵਾਪਰੇ ਵੀ। ਮੈਂ ਤਾਂ ਇਹ ਗੱਲ ਕਹਿੰਦਾ ਸੀ ਵੀ ਉੱਥੇ ਸੋਚ ਉਹ ਖਤਮ ਹੋ ਗਈ ਤੇ ਪਿੱਛੇ ਜਿਹੜੀ ਬਾਜ਼ਾਰੀ ਸੋਚ ਆ ਰਹੀ ਸੀ ਉਹਨੇ ਹੌਲੀ ਹੌਲੀ ਆਪਣਾ ਕਬਜ਼ਾ ਕਰ ਲਿਆ, ਮਸੰਦ ਫੇਰ ਇਕੱਠੇ ਹੋ ਗਏ ਆਪਣਾ ਇਹਨਾਂ ਨੇ ਦਬਦਬਾ ਬਣਾ ਰਹੀ ਹੈ। ਨਹੀਂ ਉਹ ਅਸੀਂ ਨਾ ਇੱਦਾਂ ਆਪਣੇ ਹਿਸਾਬ ਨਾਲ ਆਪਣੀ ਸੁਵਿਧਾ ਜੀ ਦੇਖ ਕੇ ਗੁਰੂ ਸਾਹਿਬ ਦੀ ਇੱਜ਼ਤ ਧਿਆਨ ਚ ਰੱਖ ਕੇ ਆਪਣਾ ਥੋੜਾ ਠਾਠ ਵਾਠ ਬਣਾਉਣ ਲਈ ਇੱਦਾਂ ਬਹਾਨਾ ਲੱਭ ਲੈਂਦੇ ਪਏ, ਇੱਥੇ ਕੁ ਜਾ ਕੇ ਕਹਿ ਦਿੰਦੇ ਹਾਂ ਫਿਰ ਠੀਕ ਆ। ਹੁਣ ਜੇ ਬੰਦਾ ਸਿੰਘ ਬਹਾਦਰ ਵੇਲੇ ਜਿਹੜਾ ਰੌਲਾ ਪਿਆ ਉਹਦੇ ਬਾਰੇ ਕੀ ਗੱਲ ਕਿੱਦਾਂ ਕੀ ਕਹਾਂਗੇ? ਜਿਹੜਾ ਪ੍ਰਿਥੀ ਚੰਦ ਦਾ ਗੁਰੂ ਅਰਜਨ ਦੇਵ ਜੀ ਨਾਲ ਰੌਲਾ ਪਿਆ ਭਰਾਵਾਂ ਦਾ, ਉਹਦੇ ਬਾਰੇ ਕੀ ਕਹਾਂਗੇ? ਸਿੱਖ ਸੋਚ ਜਿਹੜੀ ਆ ਕਦੋਂ ਤੋਂ, ਜਾਣੀ ਚੌਥੇ ਪਾਤਸ਼ਾਹ ਉਹਨੂੰ ਸਾਰੀ ਜ਼ਿੰਮੇਵਾਰੀ ਦਿੰਦੇ ਪ੍ਰਿਥੀ ਚੰਦ ਨੂੰ, ਜਿੱਦਾਂ ਦੱਸਿਆ ਜਾ ਰਿਹਾ ਸਾਨੂੰ, ਹਨਾ। ਉਹ ਅੱਛਾ, ਉਹ ਅਖੇ ਹੰਕਾਰੀ ਹੋ ਗਿਆ, ਉਹ ਜ਼ਿਆਦਾ ਸ਼ੋਅ ਆਫ ਕਰਨ ਲੱਗ ਪਿਆ। ਗੁਰੂ ਸਾਹਿਬ ਨੇ ਦੇਖਿਆ ਨਹੀਂ ਨਾਨਕ ਦਾ ਘਰ ਜਿਹੜਾ ਨਿਮਰਤਾ ਦਾ ਆ, ਉਹਦੇ ਚ ਫਿਰ ਗੁਰੂ ਅਰਜਨ ਦੇਵ ਜੀ ਨੇ ਨਿਮਰਤਾ ਨਹੀਂ ਸੀ, ਇਹ ਤਾਂ ਇੰਨੇ ਨਿਮਰ ਸੀਗੇ ਵੀ ਜਦੋਂ ਉਹ ਚਿੱਠੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਆ ਉਹ ਚਿੱਠੀਆਂ ਦੇ ਰੂਪ ਚ ਕਰਤੇ ਵੀ ਲਾਹੌਰ ਸ਼ਾਦੀ ਤੇ ਭੇਜਿਆ, ਤੇ ਉਹ ਕਹਿੰਦੇ ਵੀ ਬਸ ਜਿੰਨਾ ਚਿਰ ਤੁਸੀਂ ਬੁਲਾਉਂਗੇ ਨੀ ਮੈਂ ਨੀ ਆਊਂਗਾ। ਗੁਰੂ ਸਾਹਿਬ ਕਹਿੰਦੇ ਨੇ ਇਹ ਹੁਕਮ ਦਾ ਪੱਕਾ ਹੀ ਠੀਕ ਆ,
ਉਸ ਵੇਲੇ ਜੇ ਕੋਈ ਕਹੇ ਵੀ ਜਿਹੜੀ ਸਿੱਖੀ ਸੀ ਜੋ ਅਸੂਲ ਦਿੱਤੇ ਸੀ ਗੁਰੂ ਸਾਹਿਬ ਨੇ ਉਹ ਪਿਰਥੀ ਜਾਂਦੇ ਵੇਲੇ ਉੱਡ ਗਏ ਸੀ ਸਾਰੇ ਬਸ। ਗੁਰੂ ਦਾ ਤਾਇਆ ਆ, ਗੁਰੂ ਦਾ ਭਰਾ ਆ, ਗੁਰੂ ਦਾ ਪੁੱਤਰ ਆ, ਗੁਰੂ ਦਾ ਦੋਹਤਾ ਆ, ਠੀਕ ਹੈ। ਇਹ ਨੀ ਗੱਲ ਵੀਰਾ, ਇਹ ਸੁਭਾਅ ਦੇ ਵਿੱਚ ਆਪਣੇ ਹੁੰਦੀ ਗੱਲ ਇਹ ਆ, ਜਿੰਨਾ ਚਿਰ ਗੁਰੂ ਸਾਹਿਬ ਰਹੇ ਆ ਨਾ ਉਨਾ ਚਿਰ ਫੈਸਲਾ ਉਹ ਕਰਦੇ ਰਹੇ ਆ। ਸਾਰਿਆਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਜਿਹੜੇ ਸਹੀ ਬੰਦੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ, ਜਿਹੜਾ ਇਹ ਫੈਸਲਾ ਇਸ ਬੰਦੇ ਨੇ ਲਿਆ ਆ ਉਹ ਠੀਕ ਆ, ਕਿਉਂਕਿ ਇਹ ਜ਼ਿੰਮੇਵਾਰ ਹੈ। ਸਹੀ ਬੰਦੇ ਉੱਧਰ ਖੜ ਗਏ ਤੇ ਉਹਨਾਂ ਦੇ ਜਾਣ ਤੋਂ ਬਾਅਦ ਉੱਥੇ ਇਹ ਨੀ ਫੈਸਲਾ ਹੋ ਸਕਿਆ ਵੀ ਜ਼ਿੰਮੇਵਾਰ ਕੌਣ ਆ ਹੁਣ। ਨਹੀਂ ਇਹ ਤਾਂ ਚਲੋ ਠੀਕ ਹੈ, ਜਿੱਦਾਂ ਤੁਸੀਂ ਜੋ ਬੰਦੇ ਉਸ ਸਾਈਡ ਤੇ ਹੋ ਗਏ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ, ਜਿਹੜੀ ਉਹ ਸੋਚੀ ਵੀ ਉਹ ਤਾਂ ਵੀ ਆਪਾਂ ਕਹਿ ਦੀ ਵੀ ਜ਼ਿਆਦਾਤਰ ਬੰਦੇ ਦਾ ਵੀ ਉਹ ਵੀ ਡੈਥ ਹੋ ਗਈ ਬੰਦਿਆਂ ਦੀ ਉਹ ਘੱਲੂ ਘਰਿਆਂ ਦੇ ਵਿੱਚ, ਜਾਣੀ ਕਿ ਜੋ ਉਹ ਸੋਚ ਨੂੰ ਸਮਝਦੇ ਸੀ ਚੰਗੀ ਤਰ੍ਹਾਂ ਸਮਝਦੇ ਸੀ। ਨਹੀਂ ਠੀਕ ਹੈ, ਜਦੋਂ ਤੁਸੀਂ ਕਹਿ ਰਹੇ ਆ ਪਰ ਉਹਨਾਂ ਚੋਂ ਤੁਸੀਂ ਕਿੱਦਾਂ ਤੈਅ ਕਰੋਗੇ ਵੀ ਉਹਨਾਂ ਦੀ ਸੋਚ ਸਹੀ ਸੀ, ਜਾਣੀ ਕਿਹਦੀ ਅਗਵਾਈ ਚ? ਮੈਂ ਗੱਲ ਕਰ ਰਿਹਾ ਵੀ ਗੁਰੂ ਪਾਤਸ਼ਾਹ ਦੇ ਜਾਣ ਤੋਂ ਬਾਅਦ ਆਗੂ ਹੀਣੀ ਹੋ ਗਈ ਕੌਮ। ਜਿਹੜਾ ਆਗੂ ਬਣਿਆ ਆ ਉਹ ਹੁਣ ਆਲਾ ਸਿੰਘ ਦੇ ਵੇਲੇ, ਸਰਦਾਰ ਕਪੂਰ ਸਿੰਘ ਦੇ ਵੇਲੇ ਕੋਈ ਧਿਰ ਜਿਹੜੀ ਆ ਉਹ ਆਲਾ ਸਿੰਘ ਨੂੰ ਸਹੀ ਮੰਨਦੀ ਸੀ ਵੀ ਪੋਲੀਟੀਕਲੀ ਉਹ ਬੰਦਾ ਬਹੁਤ ਮੋਟੀਵੇਟਡ ਆ, ਕੋਈ ਕਪੂਰ ਸਿੰਘ ਵਾਲੀ ਧਿਰ ਨੂੰ ਮੰਨਦੀ ਸੀ। ਬੰਦਾ ਸਿੰਘ ਦੇ ਬਹਾਦਰ ਵੇਲੇ ਕੋਈ ਧਿਰ ਉਹਨੂੰ, ਕੋਈ ਬਾਬਾ ਬਰੋਜ ਸਿੰਘ ਦੂਜੇ ਗਰੁੱਪ ਨੂੰ ਮੰਨਦੀ ਸੀ, ਠੀਕ ਹੈ। ਮਿਸਲਾਂ ਦੇ ਵੇਲੇ ਕਿੰਨੇ ਗਰੁੱਪ ਬਣ ਗਏ? ਇਹ ਵੀ ਤਾਂ ਫਿਰ ਸੋਚ ਬਜਾਰੀ ਦੀ ਹੋ ਸਕਦੀ ਹੈ, ਜਿਹੜੇ ਕਿ ਮੈਂ ਆਪਣੇ ਸਾਹਿਬ ਨੂੰ ਦੱਸ ਰਿਹਾ ਸੀ ਵੀ ਇਹਨਾਂ ਨੇ ਵੀ ਇਹ ਵੰਡੀਆਂ ਪਾਈਆਂ ਵੀ ਤੁਸੀਂ ਅੱਧੇ ਉੱਧਰ ਜੋੜਤੇ ਅੱਧੇ ਉੱਧਰ ਜੋੜਤੇ ਵੀ। ਨਹੀਂ ਉਹ ਵੀਰ ਈਗੋ ਜਿਹੜੀ ਆ ਉਹ ਅਸੀਂ ਕਹਿੰਦੇ ਤਾਂ ਹੈਗੇ ਆ ਵੀ ਜਾ ਕੇ, ਕਿਉਂਕਿ ਇਹ ਤਾਂ ਪੱਕੀ ਆ ਵੀ ਜਿਹੜੀ ਚਾਹੇ ਉਹ ਹਾਕਮ ਧਿਰ ਸੀ ਚਾਹੇ ਪੁਜਾਰੀ ਧਿਰ ਸੀ, ਜੋ ਕੁਛ ਗੁਰੂ ਸਾਹਿਬ ਨੇ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਉਹ ਤੋਂ ਉਹ ਭੱਜਣਾ ਚਾਹੁੰਦੀ ਸੀ, ਜਾਣੀ ਕੰਨੀ ਕਤਰਾਉਂਦੀ ਸੀ, ਉਹਨੂੰ ਲੱਗਦਾ ਸੀ ਵੀ ਜੇ ਲੋਕ ਇਹ ਸੋਚ ਲੋਕਾਂ ਨੇ ਅਪਣਾ ਲਈ ਤਾਂ ਖਤਰਾ ਆ ਮੇਰੇ ਲਈ। ਪਰ ਗੱਲ ਤਾਂ ਈਗੋ ਦੀ ਆ ਨਾ, ਨਿੱਜ ਦੀ ਆ, ਗੱਲ ਤਾਂ ਸਵਾਰਥ ਦੀ ਆ। ਹੁਣ ਜੋ ਪ੍ਰਿਥੀ ਚੰਦ ਫੈਸਲਾ ਲੈਂਦਾ ਆ ਉਹ ਚ ਸਵਾਰਥ ਆ ਉਹਦਾ। ਅੱਜ ਜਿਹੜਾ ਤੁਹਾਡੇ ਆਲੇ ਦੁਆਲੇ ਝਗੜਾ ਹੁੰਦਾ ਕੋਈ ਕਿਸੇ ਦਾ ਵੀ, ਉਹਨੂੰ ਕਿਹੜੇ ਪੁਜਾਰੀ ਨੇ ਜੋੜਨਾ? ਤੁਸੀਂ ਹਸਬੈਂਡ ਵਾਈਫ ਦਾ ਝਗੜਾ ਹੁੰਦਾ, ਭਰਾਵਾਂ ਦਾ ਝਗੜਾ ਹੁੰਦਾ, ਸਕੂਲ ਚ ਤੁਸੀਂ ਨਿਆਣੇ ਦੋ ਲੜ ਪਏ, ਮੈਚ ਦੇਖਣ ਥੀਏਟਰ ਫਿਲਮ ਦੇਖਣ ਗਏ, ਮੋਰਲੀ ਪਿਛਲੀ ਸੀਟ ਤੇ ਬਹਿਣ ਦੇ ਦੁੱਖੋਂ ਲੜ ਪਏ, ਬਸ ਸਵਾਰਥ ਆ। ਬਸ ਉਹ ਜਿੰਨੀ ਵੱਡਾ ਜਿੰਨਾ ਵੱਡਾ ਹੋਈ ਜਾਂਦਾ ਆ ਉੱਡੀ ਵੱਡੀ ਪਰਸਨੈਲਿਟੀ ਆ, ਉੱਡੀ ਵੱਡੀ ਲੜਾਈ ਆ, ਭਿੜਦੇ ਦਾ ਸਵਾਰਥ ਆ ਨਾ। ਜੇ ਤੁਹਾਨੂੰ ਮਿਸ਼ਨ ਦਾ ਪਤਾ ਆ, ਹੁਣ ਛੇਵੇਂ ਪਾਤਸ਼ਾਹ ਆ ਉਹ ਤਾਂ ਗੁਰੂ ਹੁੰਦੇ ਹੋਏ ਹਥਿਆਰਾਂ ਦਾ ਲਾਇਸੈਂਸ ਦਿੰਦੇ ਹੋਏ ਅਕਾਲ ਤਖ਼ਤ ਬਣਾਉਣੇ ਵਾਲੇ ਆਪਣੀ ਈਗੋ ਨੂੰ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਕੇ ਜਦੋਂ ਸਮਾਂ ਆਉਂਦਾ ਆ ਅਕਾਲ ਤਖ਼ਤ ਛੱਡ ਕੇ ਚੱਲ ਜਾਂਦੇ ਆ, ਭਿੰਡਰ ਵਾਲਾ ਉੱਥੇ ਲੜਾਈ ਪਾ ਕੇ ਬਹਿ ਜਾਂਦਾ, ਠੀਕ ਹੈ। ਗੁਰੂ ਸਾਹਿਬ ਨੂੰ ਉਹ ਮੱਕੇ ਵੀ ਜਾਂਦੇ ਆ, ਹਰਿਦੁਆਰ ਵੀ ਜਾਂਦੇ, ਜੋਗੀਆਂ ਕੋਲ ਵੀ ਜਾਂਦੇ ਆ, ਉੱਥੇ ਆਪਣੀਆਂ ਗੱਲਾਂ ਕਹਿ ਕੇ ਆਉਂਦੇ ਆ, ਕੋਈ ਕਤਲ ਨਹੀਂ ਕਰਦਾ। ਅਸੀਂ ਕਹਿੰਦੇ ਵੀ ਅੰਮ੍ਰਿਤਸਰ ਚ ਨਕਾਰੀਆਂ ਨੂੰ ਬੋਲਣ ਨਹੀਂ ਦੇਣਾ, ਅਸੀਂ ਤਾਂ ਗੋਲੀ ਚਲਾਵਾਂਗੇ, ਠੀਕ ਹੈ। ਉਹ ਡਿਕਟੇਟਰਸ਼ਿਪ ਦੇ ਵੇਲੇ ਵੀ ਅਗਲੇ, ਹੁਣ ਮੱਕਾ ਮਦੀਨਾ ਉੱਥੇ ਉਹਨਾਂ ਦਾ ਰਾਜ ਆ, ਫਿਰ ਵੀ ਉਹਨੇ ਜਿੰਦਾ ਮੋੜ ਦਿੱਤਾ ਉਹਨਾਂ ਨੂੰ, ਨਾਲੇ ਉੱਦਾਂ ਹੀ ਨਹੀਂ ਆਏ ਗੁਰੂ ਸਾਹਿਬ, ਉਹਨਾਂ ਦਾ ਮੱਕਾ ਘੁਮਾ ਕੇ ਆਏ ਆ, ਮਤਲਬ ਅਸੀਂ ਮੱਕਾ ਘੁਮਾ ਕੇ ਆ ਗਏ ਉਹਨਾਂ ਦਾ, ਉਹਨੇ ਤਾਂ ਦਰਬਾਰ ਸਾਹਿਬ ਘੁਮਾਇਆ ਹੀ ਨੀ ਸਾਡਾ ਨਰਕਾਰੀਆਂ ਨੇ ਤਾਂ, ਜੇ ਕਿਤੇ ਇੱਦਾਂ ਇੱਦਾਂ ਘੁਮਾ ਦਿੰਦੇ ਵੀ ਮੈਨੂੰ ਗੇਟ ਇੱਧਰ ਲਾ, ਇੱਧਰ ਇੱਧਰ ਲਾ, ਇੱਧਰ ਸਰੋਵਰ ਦੂਜੇ ਪਾਸੇ, ਲੰਗਰ ਪਰਲੇ ਪਾਸੇ ਚੱਲ ਜਾਂਦਾ, ਇੱਦਾਂ ਟਰੱਕ ਵਾਲਾ ਲਾਉਣ ਜਾਂਦਾ ਤੇ ਉੱਥੇ ਅਕਾਲ ਤਖ਼ਤ ਦਿੰਦਾ, ਇੱਦਾਂ ਫਿਰ ਕੀ ਕਰਦੇ, ਫਿਰ ਤਾਂ ਅਸੀਂ ਘੁੱਟ ਘੁੱਟ ਮਾਰ ਦੇਣਾ ਸੀ ਉਹਨਾਂ ਨੂੰ। ਚਲੋ ਠੀਕ ਆ ਭਾਜੀ, ਠੀਕ ਆ ਜੀ, ਠੀਕ ਆ, ਥੈਂਕ ਯੂ ਜੀ। ਇੱਕ ਸਰੋਤੇ ਸਾਡੇ ਨਾਲ ਹੋ ਰਿਹਾ ਜੀ, ਹੈਗੇ ਤਾਂ ਦੋ ਆ ਪਰ ਅਸੀਂ ਪਹਿਲਾਂ ਇੱਕ ਨੂੰ ਲਈਏ, ਟਾਈਮ ਸਾਡਾ ਹੋ ਜਾਣਾ ਤੇ। ਹਾਂਜੀ ਮੈਸੇਂਜਰ ਤੇ ਤੁਸੀਂ ਆਉਂਦੇ ਰਹੋ ਜੀ। ਹਾਂਜੀ ਬਾਬਾ ਜੀ, ਕੀ ਹਾਲ ਹੈ? ਹਾਂਜੀ ਫਤਿਹ ਜੀ,
ਭਾਈ ਸਾਹਿਬ ਮੈਂ ਤਾਂ ਬਹੁਤ ਜ਼ਿਆਦਾ ਟਰਾਈ ਕਰੀ ਜਾਂਦਾ ਹੁੰਦਾ। ਸੋਰੀ ਜੀ ਲਾਈਨਾਂ ਬਿਜ਼ੀ ਬਹੁਤ ਰਹੀਆਂ ਇੱਦਾਂ ਹੀ ਆ। ਹੁਣ ਦੂਜੀ ਲਾਈਨ ਤੇ ਸਰੋਤੇ ਨੂੰ 9 ਮਿੰਟ ਹੋ ਗਏ ਹੋਲਡ ਕੀਤੇ ਨੂੰ। ਮੇਰੀ ਤਾਂ ਬੇਨਤੀ ਇੱਕ ਹੀ ਵੀਰੇ, ਹਾਂਜੀ ਮੈਨੂੰ ਇਹਨਾਂ ਕੁ ਮੈਸੇਜ ਛੱਡ ਦਿਓ, ਤੁਸੀਂ ਆਪਦਾ ਨੰਬਰ ਦੇ ਦਿਓ ਬਸ, ਇੰਨੇ ਪੈਸੇ ਲਿਖੋ ਜੀ ਲਿਖੋ। ਪੈਨ ਹੈਗਾ ਆਫ ਐਂਡ ਆਫ ਲਾਈਨ ਕਰਨਾ ਥੋੜੀ ਦਿਨ ਕਰ। ਹਾਂ ਪੈਨ ਲਾ, ਇੱਕ ਇੱਕ ਸੈਕਿੰਡ ਜੀ ਤੁਹਾਨੂੰ ਲਿਖਾ ਦਿੰਦੇ ਆ। ਨਹੀਂ ਆਫਲਾਈਨ ਲਿਖਾ ਦਿੰਦੇ ਆ ਨੰਬਰ ਤੁਹਾਨੂੰ। ਇੱਦਾਂ ਇੱਥੇ ਪਤਾ ਕੀ ਹੁੰਦਾ, ਨੰਬਰ ਮੈਂ ਦਿੰਦਾ ਇੱਕ ਜਣੇ ਨੂੰ, ਸਾਰਿਆਂ ਨੂੰ ਪਤਾ ਤਾਂ ਮੈਸੇਜ ਮੈਨੂੰ ਆ ਜਾਂਦੇ 25-30, ਠੀਕ ਆ। ਤੇ ਹੁਣ ਮੈਂ ਕੁਛ ਅਸੂਲ ਬਣਾਏ ਆ ਜੀ ਆਪਣੇ, ਠੀਕ ਆ, ਉਹ ਮੈਂ ਅੱਜ ਨਹੀਂ ਦੱਸਣੇ, ਠੀਕ ਹੈ। ਹਾਂ ਫੇਸਬੁੱਕ ਦੇ ਲਈ ਵੀ, ਵਟਸਐਪ ਦੇ ਉੱਤੇ ਵੀ, ਠੀਕ ਆ, ਠੀਕ ਆ। ਕੁਛ ਇੱਕ ਲੋਕਾਂ ਦੀਆਂ, ਜਾਣੀ ਮੈਂ ਨਹੀਂ ਕਹਿਣਾ ਪਈ ਉਹ ਕੌਣ ਆ, ਜਿੱਦਾਂ ਅਜੇ ਬਾਅਦ ਚ ਦੱਸੂਗੇ, ਨਾ ਆਪਾਂ ਦੋਸਤੀ ਰੱਖਣੀ ਆ ਉਹਨਾਂ ਨਾਲ, ਠੀਕ ਹੈ, ਠੀਕ ਆ, ਨਾ ਕਾਲਾਂ ਲੈਣੀਆਂ ਨਾ ਮੈਸੇਜ ਲੈਣੇ ਆ, ਠੀਕ ਹੈ। ਹਾਂ ਠੀਕ ਆ, ਇੱਕ ਇੱਕ ਤਰ੍ਹਾਂ ਦੇ ਕੁਛ ਲੋਕ ਆ, ਠੀਕ ਹੈ, ਉਹ ਕਿੱਦਾਂ ਕਰਨੀ ਆ ਉਹ ਆਪਾਂ ਦੇਖਦੇ ਹਾਂ ਅੱਗੇ ਅੱਗੇ ਚੱਲ ਕੇ। ਇਸ ਕਰਕੇ ਜਿਹੜੇ ਮੈਸੇਜ ਪਾਉਂਦੇ ਆ ਜੋ ਵੀ ਕਰਦੇ ਆ, ਸਾਵਧਾਨ ਹੋ ਕੇ ਪਾਇਓ, ਠੀਕ ਹੈ, ਠੀਕ ਆ। ਹਾਂ ਆਪਾਂ ਹੁਣ ਪਤਾ ਨੀ ਕਿੱਦਾਂ ਹੋਣੀਆਂ ਗਾਹਾਂ, ਤੇ ਆਪਾਂ ਘਟਾਉਣੇ ਆ ਬੰਦੇ ਆਪਾਂ, ਠੀਕ ਹੈ, ਠੀਕ ਆ। ਧੰਨਵਾਦ ਜੀ, ਆਪਾਂ ਮਿਲਾਂਗੇ ਤੁਹਾਨੂੰ ਬੁੱਧਵਾਰ ਸਿੱਖ ਪਾਤਸ਼ਾਹੀ ਵਿੱਚ। ਉਹ ਤੋਂ ਪਹਿਲਾਂ ਮੰਗਲਵਾਰ ਨੂੰ ਭਿੰਦੇ ਹੁਣੀ ਪ੍ਰੋਗਰਾਮ ਸਾਂਝ ਵਿਚਾਰਾਂ ਦੀ, ਅੰਗਰੇਜ਼ ਸਿੰਘ ਤੇ ਬਲਵਿੰਦਰ ਸਿੰਘ ਮਠੱਡਾ, ਠੀਕ ਹੈ ਜੀ। ਉਹਨਾਂ ਚਿਰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ, ਬਾਏ ਬਾਏ, ਜੋ ਵੀ ਕਹਿਣਾ ਕਰ ਲਿਓ, ਅਤੇ ਆਪਾਂ ਮਿਲਾਂਗੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ। ਧੰਨਵਾਦ ਜੀ।